ਇੱਕ ਖਿਡਾਰੀ ਦੇ ਲਈ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ 골ਡ ਮੈਡਲ ਹਾਸਿਲ ਕਰਨ ਦਾ ਤੇ ਜੇਕਰ ਇਹੀ 골ਡ ਮੈਡਲ ਏਸ਼ੀਅਨ ਗੇਮਸ ਜਾਂ 올림픽ਸ ਦੇ ਵਿੱਚ ਮਿਲਿਆ ਹੋਵੇ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਅੱਜ ਅਸੀਂ ਪੰਜਾਬ ਦੇ ਇੱਕ ਅਜਿਹੇ ਨੌਜਵਾਨ ਦੇ ਘਰ ਦੇ ਵਿੱਚ ਮੌਜੂਦ ਆ ਗੱਲਬਾਤ ਉਹਨਾਂ ਦੇ ਨਾਲ ਕਰਨ ਦੇ ਲਈ ਆਏ ਆ ਜਿਨ੍ਹਾਂ ਨੇ ਏਸ਼ੀਅਨ ਗੇਮਸ 2018 ਜਕਾਰਤਾ ਦੇ ਵਿੱਚ ਪੰਜਾਬ ਅਤੇ ਭਾਰਤ ਦੇ ਲਈ ਸ਼ਾਰਟ ਪੁੱਟ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਸੀ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਉਹਨਾਂ ਨੂੰ ਅਰਜੁਨ ਅਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਤੇ ਹੁਣ ਰੀਸੈਂਟਲੀ ਉਹ 21.77 ਮੀਟਰ ਦੇ ਉੱਤੇ ਸ਼ਾਰਟ ਪੁੱਟ ਸੁੱਟਣ ਵਾਲੇ ਏਸ਼ੀਆ ਅਤੇ ਨੈਸ਼ਨਲ ਲੈਵਲ ਦੇ ਪਹਿਲੇ ਐਥਲੀਟ ਬਣ ਗਏ ਹਨ ਮੈਂ ਗੱਲ ਕਰ ਰਹੀ ਹਾਂ ਤ੍ਰਿੰਦਰਪਾਲ ਸਿੰਘ ਤੂਰ ਦੀ ਜਿਨ੍ਹਾਂ ਦਾ ਜਨਮ ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਪਿੰਡ ਖੋਸਾ ਪਾਂਡੋ ਦੇ ਵਿੱਚ ਹੋਇਆ ਅੱਜ ਤ੍ਰਿੰਦਰਪਾਲ ਸਿੰਘ ਤੂਰ ਦੇ ਨਾਲ ਹੀ ਗੱਲਬਾਤ ਕਰਾਂਗੇ ਹੁਣ ਤੁਸੀਂ ਏਸ਼ੀਆ ਦੇ ਬੈਸਟ ਪਲੇਅਰ ਹੋ ਇਹ ਇਹ ਵਾਲਾ ਫੀਲ ਕਿਵੇਂ ਦਾ ਹੈ ਅੰਦਰ ਉਹ ਫੀਲਿੰਗ ਆਪਾਂ ਨੂੰ ਲੱਗਦਾ ਕਿਸੇ ਨਾਲ ਆਪਾਂ ਜ਼ਾਹਰ ਨਹੀਂ ਕਰ ਸਕਦੇ ਇੱਕ ਜਦੋਂ ਆਪਣੇ ਗੱਲ 'ਚ ਮੈਡਲ ਪੈਂਦਾ ਵਾ ਇੱਕ ਜਦੋਂ ਆਪਣਾ ਨੈਸ਼ਨਲ ਹੰਮਦ ਆਜਦਾ ਉਹ ਫੀਲਿੰਗ ਆਪਾਂ ਕਿਸੇ ਨਾਲ ਨਹੀਂ ਸ਼ੇਅਰ ਕਰ ਸਕਦੇ ਕਿ 올ੰਪਿਕ ਹੋਇਆ ਸੀ ਉਦੋਂ ਛਾਇ ਤੁਹਾਡੇ ਰਿਸਟ ਇੰਜਰੀ ਸੀਗੀ ਉਦੋਂ ਮੇਰੇ ਇੱਥੇ ਹੱਡੀ ਵਧੀ ਹੋਈ ਸੀ ਆ ਜਗ੍ਹਾ ਤੇ ਤੇ ਉਹ ਜਾਣ ਤੋਂ 10 ਦਿਨ ਪਹਿਲਾਂ ਮੇਰੇ ਪੇਨ ਹੋਣ ਲੱਗੀ ਜਦੋਂ ਮੈਂ ਇੱਥੇ ਸ਼ਾਰਟ ਪੁੱਟ ਰੱਖਦਾ ਸੀ ਨਾ ਇੱਥੇ ਦਰਦ ਹੁੰਦਾ ਸੀ ਯਾਰ ਕਹਿੰਦੇ ਬਾਹਲਾ ਟੈਡੂ ਬੜਾ ਫੇਮਸ ਹੈ ਕਿ ਤੁਸੀਂ ਹਰੀ ਸਿੰਘ ਨਲਵਾ ਬਣਾਇਆ ਹੋਇਆ ਕੀ ਆਪਾਂ ਇਹਨਾਂ ਦਾ ਇੰਨਾ ਦਾ ਖੂਨ ਆ ਅੱਗੇ ਤੇ ਅੱਗੇ ਹਨਾ ਇਹ ਕੌਮ ਚੋਂ ਆਉਣੇ ਆ ਆਪਾਂ ਵੀ ਆਪਾਂ ਜੇ ਉਹ 23 ਮੀਟਰ ਮਾਰਦੇ ਆ ਆਪਾਂ ਕਿਉਂ ਨਹੀਂ ਮਾਰ ਸਕਦੇ ਚਿੰਚਣਾ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਸੀ ਆ ਉਹ ਕੈਂਸਰ ਮਤਲਬ ਨਾ ਦਿਮਾਗ ਤੱਕ ਚਲਾ ਗਿਆ ਆਵਾਜ਼ ਨਹੀਂ ਨਿਕਲਦੀ ਸੀਗੀ ਅਜੇ ਹੀ ਖਬਰ ਤੁਹਾਨੂੰ ਪਹੁੰਚ ਗਈ ਸੀਗੀ ਕਿ ਘਰੇ ਦਾਦੀ ਜੀ ਪੂਰੇ ਹੋ ਗਏ ਨੇ ਫਿਰ ਉਹ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਹੋਊਗਾ ਜੇ ਜਦੋਂ ਪਤਾ ਲੱਗਿਆ ਤਾਂ ਕਾਫੀ ਦੁੱਖ ਹੋਇਆ ਪਹਿਲਾਂ ਤਾਂ ਮੈਨੂੰ ਸੀਵੀ ਮੈਂ ਕੰਪੀਟੀਸ਼ਨ ਸਕਿਪ ਕਰਦੇ ਆ ਟੀਚਰ ਨੇ ਆਉਣਾ ਹਾਂਜੀ ਤ੍ਰਿੰਦਰਪਾਲ ਗੇਟ ਆਊਟ ਕਲਾਸ ਤੂੰ ਮੈਂ ਬਾਹਰ ਜਾ ਕੇ ਖੜ ਜਾਣਾ ਮੈਨੂੰ ਵੀ ਹੁੰਦਾ ਵੀ ਚਲੋ ਕਿਹੜਾ ਛੁੱਟਿਆ ਪੜਾਈ ਤੋਂ ਇੰਡੀਆ ਦਾ ਹੀ ਆਪਣਾ ਜਿਹੜਾ ਪ੍ਰਦਰਸ਼ਨ ਹੈ 올림픽ਸ ਦੇ ਵਿੱਚ ਉਹ ਬਾਕੀ ਦੇਸ਼ਾਂ ਦੇ ਮੁਕਾਬਲੇ ਅਸੀਂ ਬੜਾ ਪਿੱਛੇ ਹੁੰਨੇ ਆ ਹਨ ਤੇ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੀਆਂ ਜਿਹੜੀਆਂ ਖੇਡ ਨੀਤੀਆਂ ਨੇ ਉਹ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਕੋਚਿਸ ਦੀ ਬਹੁਤ ਕਮੀ ਆ ਬਾਹਰ ਪੰਜਾਬ ਦੀ ਸਰਕਾਰ ਬਦਲੀ ਆਮ ਆਦਮੀ ਪਾਰਟੀ ਇਸੇ ਪੈਟਰਨ ਤੇ ਆਈ ਉਹਨਾਂ ਨੇ ਆ ਕੇ ਹੀ ਕਿਹਾ ਕਿ ਅਸੀਂ ਖੇਡਾਂ ਦੇ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣਾ ਹੈ ਇੱਕ ਕੰਪੀਟੀਸ਼ਨ ਕਰਾ ਕੇ ਹਟ ਜਾਣਾ ਉਹਦੇ ਨਾਲ ਮੈਨੂੰ ਕੋਈ ਲੱਗਦਾ ਨਹੀਂ ਕੋਈ ਏਡਾ ਖਾਸ ਚੀਜ਼ ਆ। 올림픽 ਜਾਣ ਤੋਂ ਪਹਿਲਾਂ ਇੱਕ 오디ਸਾ ਐਸੀ ਸਟੇਟ ਸੀ ਜਿਨ੍ਹਾਂ ਨੇ ਉਹਨਾਂ ਨੂੰ ਸਪੌਂਸਰ ਕੀਤਾ ਸੀ। ਫੋਰ ਕੋਈ ਸਪੌਂਸਰ ਨਹੀਂ ਸੀ ਕਰ ਰਿਹਾ। ਲੋਡ ਪਹਿਲਾਂ ਹੁੰਦੀ ਹੈ ਜਦੋਂ ਮੈਡਲ ਆ ਗਿਆ ਉਹਨਾਂ ਨੂੰ ਪਹਿਲੇ ਪੈਸਾ ਆ ਗਿਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਵਧਾਈਆਂ ਨਵਾਂ ਰਿਕਾਰਡ ਸੈੱਟ ਵੀ ਕੀਤਾ ਤੇ ਆਪਣਾ ਰਿਕਾਰਡ ਤੋੜਿਆ ਵੀ ਹੈ ਇਸ ਵਾਰ ਤੁਸੀਂ 21.77 ਮੀਟਰ ਜਿਹੜਾ ਸ਼ਾਰਟ ਪੁੱਟ ਹਨਾ ਉਹ ਥਰੋ ਕੀਤਾ ਸੀ ਕਿਵੇਂ ਦਾ ਮਹਿਸੂਸ ਹੋ ਰਿਹਾ ਜਦੋਂ ਅਜਿਹੀ ਉਪਲਬਧੀ ਮਿਲਦੀ ਹੈ ਕਿ ਨਵਾਂ ਰਿਕਾਰਡ ਵੀ ਸੈੱਟ ਕੀਤਾ ਹੈ ਸਾਰੇ ਆਲੇ-ਦੁਆਲੇ ਤੁਹਾਡੇ ਕਰਕੇ ਖੁਸ਼ ਹੁੰਦੇ ਨੇ ਹਾਂ ਜੀ ਬਿਲਕੁਲ ਇੱਕ ਸਾਡਾ ਕੀ ਏਮ ਸੀਗਾ ਵੀ ਨਵਾਂ ਨੈਸ਼ਨਲ ਰਿਕਾਰਡ ਕਰੀਏ ਨਵਾਂ ਏਸ਼ੀਆ ਰਿਕਾਰਡ ਕਰੀਏ ਪਰ ਉਹ ਸਾਡਾ ਟਾਰਗੇਟ ਸੀਗਾ ਅਗਸਤ ਵਿੱਚ ਵਰਲਡ ਚੈਂਪੀਅਨਸ਼ਿਪ ਤੇ ਇਹ ਹਲੇ ਮਤਲਬ ਅਸੀਂ ਪ੍ਰੋਪਰ ਪੀਕਿੰਗ ਦਿੱਤੀ ਨਹੀਂ ਸੀ ਇਹ ਕੰਪੀਟੀਸ਼ਨ ਦੀ ਚਲੋ ਇਹ ਤੇ ਹੋਇਆ ਸਾਨੂੰ ਬੜੀ ਖੁਸ਼ੀ ਹੋਈ ਇੱਕ ਹਰ ਇੱਕ ਪਲੇਅਰ ਨੂੰ ਮਤਲਬ ਖੁਸ਼ੀ ਹੁੰਦੀ ਆ ਵੀ ਉਹ ਜਦੋਂ ਨਵਾਂ ਨੈਸ਼ਨਲ ਰਿਕਾਰਡ ਕਰਦਾ ਹੈ ਤੇ ਹੁਣ ਤੁਸੀਂ ਏਸ਼ੀਆ ਦੇ ਬੈਸਟ ਪਲੇਅਰ ਹੋ ਇਹ ਇਹ ਵਾਲਾ ਫੀਲ ਕਿਵੇਂ ਦਾ ਹੈ ਜੀ ਇਹ ਇੱਕ ਅਲੱਗ ਹੀ ਫੀਲ ਹੁੰਦਾ ਜਿਵੇਂ ਨੈਸ਼ਨਲ ਰਿਕਾਰਡ ਤਾਂ ਸਾਰੀ ਕਰਦੇ ਨੇ ਪਰ ਮੈਨੂੰ ਲੱਗਦਾ ਅਥਲੈਟਿਕ ਦੇ ਵਿੱਚ ਏਸ਼ੀਆ ਰਿਕਾਰਡ ਮੈਨੂੰ ਲੱਗਦਾ ਮੇਰੇ ਇਕੱਲੇ ਦਾ ਹੀ ਹੈ ਜੀ ਜੀ ਇਹ ਇਹ ਆਪਣੇ ਆਪ ਨਾਲ ਹੀ ਇੱਕ ਕੰਪੀਟੀਸ਼ਨ ਹੈ ਕਿ ਹਰ ਵਾਰ ਆਪਣਾ ਰਿਕਾਰਡ ਤੋੜਨਾ ਹੈ ਇੱਕ ਨਵਾਂ ਰਿਕਾਰਡ ਸੈੱਟ ਕਰਨਾ ਹੈ ਜਿੱਦਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਬੰਦੇ ਨੂੰ ਅੱਗੇ ਦੇ ਅੱਗੇ ਸੋਚਣਾ ਚਾਹੀਦਾ ਖੜੇ ਪਾਣੀ ਵੀ ਮੁਸ਼ਕਿਲ ਜਾਂਦੇ ਨੇ ਉਹੀ ਆ ਵੀ ਮਤਲਬ ਇੱਕ ਜਦੋਂ ਟਾਰਗੇਟ ਤੇ ਪਹੁੰਚ ਜਾਂਦੇ ਆ ਤੇ ਨਵਾਂ ਟਾਰਗੇਟ ਸਰਦਾ ਇੱਕ ਸ਼ੁਰੂ ਹੋ ਜਾਂਦਾ ਉਸ ਦੇ ਨਾਲ ਮਤਲਬ ਵੀ ਜਿੱਦਾਂ ਨਵਾਂ ਰਿਕਾਰਡ ਕਰਦੇ ਆ ਇੱਕ ਅੰਦਰੋਂ ਭੁੱਖ ਹੁੰਦੀ ਵੀ ਇੱਕ ਹੋਰ ਨਵਾਂ ਰਿਕਾਰਡ ਕਰਨਾ ਤੇ ਉਹ ਬਸ ਚੱਲ ਜਾਂਦਾ ਇਦਾਂ ਕੰਮ ਸਾਰਾ ਜਿਵੇਂ ਜਿਹੜਾ ਪਹਿਲਾ ਤੁਹਾਡਾ ਰਿਕਾਰਡ ਸੀਗਾ ਉਹ 21.49 ਮੀਟਰ ਦਾ ਸੀਗਾ ਉਸ ਤੋਂ ਬਾਅਦ ਫਿਰ ਕਿੰਨੀ ਮਿਹਨਤ ਲੱਗੀ 21.77 ਤੱਕ ਪਹੁੰਚਣ ਲਈ ਨਹੀਂ ਜਿੱਦਾਂ ਹਲੇ ਅਸੀਂ ਪੂਰੀ ਪੀਕਿੰਗ ਦਿੱਤੀ ਨਹੀਂ ਹੈਗੀ ਹਲੇ ਕੰਪੀਟੀਸ਼ਨ ਫੇਸ 'ਚ ਅਸੀਂ ਐਂਟਰ ਹੋਣਾ ਵਾ ਜਿੱਦਾਂ ਮੇਨ ਟਾਰਗੇਟ ਸਾਡਾ ਵਰਲਡ ਚੈਂਪੀਅਨਸ਼ਿਪ ਦਾ ਹੀ ਉੱਥੇ ਸਾਡਾ ਟਾਰਗੇਟ ਆ ਵੀ 22 ਪਲੱਸ ਕਰਨ ਦਾ ਹੀ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਜਿਵੇਂ ਜਿਹੜੇ ਐਸ ਟਾਈਮ ਸ਼ਾਰਟ ਪੁੱਟ ਦੇ ਵਿੱਚ ਵਰਲਡ ਰికਾਰਡਰ ਮੰਨੇ ਜਾ ਰਹੇ ਨੇ ਉਹ ਰિયાન ਹਾਂ ਰિયાન ਕਰੂਜ਼ਰ ਉਹਨਾਂ ਦਾ 23.56 ਦਾ ਆਇਆ ਐਸ ਟਾਈਮ ਤੇ ਫਿਰ ਉਹਨੂੰ ਬੀਟ ਕਰਨ ਦੇ ਲਈ ਉਹ ਤਿਆਰੀ ਕਿਵੇਂ ਹੈ ਜਿੱਦਾਂ ਹੀ ਤੁਸੀਂ ਪਿਛਲੇ 5-7 ਸਾਲ ਚ ਦੇਖ ਲਓ ਵੀ 17 18 19 ਮੀਟਰ ਤੇ ਮੈਡਲ ਆ ਜਾਂਦਾ ਸੀ ਪਹਿਲਾਂ ਸ਼ਾਰਟ ਪੁੱਟ ਦੇ ਵਿੱਚ ਫਿਰ ਇਹਨੂੰ ਚੱਕ ਕੇ ਅਸੀਂ 21 ਤੇ ਲੈ ਕੇ ਗਏ ਆ ਹੁਣ ਕੋਟ ਪ੍ਰਵੀਰ ਕੋਸਾ ਮੇਨਾ ਜੁੜੇ ਨੇ ਪਿਛਲੇ ਸਾਲ ਤੋਂ ਹੁਣ ਅਸੀਂ 21.77 ਕੀਤਾ ਸਾਡਾ ਪੈਰਿਸ ਦਾ ਟਾਰਗੇਟ ਇਹੀ ਆ ਵੀ 23 ਮੀਟਰ ਦੇ ਨੇੜੇ ਸ਼ਾਰਟ ਪੁੱਟਰ ਨੂੰ ਲੈ ਕੇ ਜਾ ਜਾਈਏ ਤਾਂ ਮਤਲਬ ਤੁਸੀਂ ਰਿਆਨ ਨੂੰ ਹਰਾਉਣ ਦੇ ਲਈ ਪੂਰੀ ਪਿਆਰੀ ਕਰ ਰਹੇ ਹੋ ਨਹੀਂ ਦੇਖੋ ਸਾਰੇ ਜਿੱਤ ਨਹੀਂ ਜਾਂਦੇ ਨਹੀਂ ਹਾਂਜੀ ਬਾਕੀ ਰੱਬ ਦੀ ਮਿਹਰ ਹੋਵੇ ਤਾਂ ਸਭ ਕੁਝ ਹੋ ਜਾਂਦਾ ਹੈ ਜੀ ਇਸ ਵਾਰ ਇਹ ਵੀ ਬੜਾ ਚਰਚਾ ਦੇ ਵਿੱਚ ਰਿਹਾ ਕਿ ਜਦੋਂ ਤੁਸੀਂ ਇੱਕ ਪਾਸੇ ਰਿਕਾਰਡ ਬਣਾ ਰਹੇ ਸੀ ਤਾਂ ਘਰ ਦੇ ਵਿੱਚ ਇੱਕ ਦੁੱਖ ਵੀ ਸੀਗਾ ਕਿ ਦਾਦੀ ਜੀ ਪੂਰੇ ਹੋਏ ਸੀ ਤੇ ਇਸ ਤੋਂ ਪਹਿਲਾਂ ਜਦੋਂ ਤੁਸੀਂ ਜਕਰਤਾ ਦੇ ਵਿੱਚ ਸੀਗੇ ਤਾਂ ਉਦੋਂ ਫਾਦਰ ਸਾਹਿਬ ਤੇ ਇਹ ਵਾਲੀ ਚੀਜ਼ ਨਾਲ ਫਿਰ ਕਿਵੇਂ ਡੀਲ ਕਰਦੇ ਹਾਂ ਕਿਉਂਕਿ ਇੱਕ ਗੇਮ ਦਾ ਨਾਲ ਕੰਟੀਨਿਊ ਕਰਨੀ ਹੀ ਹੁੰਦੀ ਹੈ ਤੁਸੀਂ ਨਹੀਂ ਛੱਡ ਸਕਦੇ ਤੁਸੀਂ ਜਦੋਂ ਪਹੁੰਚ ਜਾਂਦੇ ਹੋ ਫੀਲਡ ਦੇ ਵਿੱਚ ਪਰ ਨਾਲ ਦੀ ਨਾਲ ਜਦੋਂ ਅਜਹੀ ਖਬਰ ਤੁਹਾਨੂੰ ਪਹੁੰਚ ਗਈ ਸੀ ਕਿ ਘਰੇ ਦਾਦੀ ਜੀ ਪੂਰੇ ਹੋ ਗਏ ਨੇ ਫਿਰ ਉਹ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਦੇਖੋ ਇੱਕ ਦਾਦੀ ਪੁੱਤੇ ਦਾ ਨਾ ਬਹੁਤ ਲਗਾਓ ਹੁੰਦਾ ਆਪਸ ਵਿੱਚ ਮਤਲਬ ਆਪਣੇ ਪੇਰੈਂਟਸ ਤੋਂ ਵੀ ਵੱਧ ਕੇ ਮੁੰਡਾ ਆਪਣੇ ਦਾਦੇ ਦਾਦੀ ਨਾਲ ਹੁੰਦਾ ਵਾ ਦਾਦਾ ਤਾਂ ਚਲੋ ਮੈਂ ਤਾਂ ਹੈ ਹੀ ਨਹੀਂ ਸੀ ਜੋ ਪਹਿਲਾਂ ਹੀ ਡੈਥ ਹੋ ਗਈ ਸੀ ਤੇ ਜਦੋਂ ਦਾਦੀ ਦਾ ਪਤਾ ਲੱਗਿਆ ਵੀ ਉਹ ਵੇਹੇ ਬਿਮਾਰ ਪਿਛਲੇ ਡੇਢ ਕਿ ਮਹੀਨੇ ਤੋਂ ਚੱਲ ਰਹੇ ਸੀਗੇ ਵੀ ਜਾ ਕਾਫੀ ਜ਼ਿਆਦਾ ਵੀਕ ਹੋ ਗਏ ਸੀਗੇ ਤੇ ਜਦੋਂ ਪਤਾ ਲੱਗਿਆ ਤਾਂ ਕਾਫੀ ਦੁੱਖ ਹੋਇਆ ਪਹਿਲਾਂ ਤਾਂ ਮੈਨੂੰ ਸੀ ਵੀ ਮੈਂ ਕੰਪੀਟੀਸ਼ਨ ਸਕਿੱਪ ਕਰ ਦਿਆਂ ਫਿਰ ਕੋਚ ਸਾਹਿਬ ਕਹਿੰਦੇ ਵੀ ਆਪਾਂ ਵੀ ਬੋਡੀ ਹੁਣ ਠੀਕ ਚੱਲ ਰਹੀ ਆ ਵੀ ਜੋ ਹੋਣਾ ਉਹ ਹੋ ਗਿਆ ਵਾ ਤੇ ਆਪਣਾ ਫੋਕਸ ਰੱਖ ਕੰਪੀਟੀਸ਼ਨ ਤੇ ਤੇ ਜਿਸ ਦਿਨ ਸੰਸਕਾਰ ਵੀ ਸੀਗਾ ਉਸ ਦਿਨ ਵੀ ਮੈਨੂੰ ਸ਼ਾਮ ਨੂੰ ਕੋਚ ਸਾਹਿਬ ਦਾ ਫੋਨ ਆਇਆ ਵੀ ਜੋ ਹੋਣਾ ਹੋ ਗਿਆ ਵੀ ਤੂੰ ਆ ਕੇ ਹੁਣ ਟ੍ਰੇਨਿੰਗ ਆਪਦੀ ਕੰਟੀਨਿਊ ਕਰ ਫਿਰ ਘਰੋਂ ਪੇਰੈਂਟਸ ਵੀ ਮੈਨੂੰ ਮੰਮੀ ਮੇਰੇ ਵਾਈਫ ਵੀ ਇਦਾਂ ਹੀ ਸੇਮ ਕਹਿ ਰਹੇ ਸੀਗੇ ਹਾਂਜੀ ਹਾਂਜੀ ਤੇ ਇਹ ਇਹ ਇੱਕ ਮੋਟੀਵੇਸ਼ਨ ਹੁੰਦੀ ਹੈ ਨਾ ਮੋਟੀਵੇਟ ਹੋ ਫਿਰ ਉਹ ਕੌਣ ਕੌਣ ਕਰਦਾ ਉਹ ਮੋਟੀਵੇਸ਼ਨ ਦੇ ਪਿੱਛੇ ਕਿਹਦਾ ਕਿਹਦਾ ਹੱਥ ਹੁੰਦਾ ਹੈ ਕਿ ਨਹੀਂ ਹੁਣ ਪਿੱਛੇ ਮੁੜ ਕੇ ਨਹੀਂ ਵੇਖਣਾ ਮੋਟੀਵੇਸ਼ਨ ਇਦਾਂ ਹੀ ਇੱਕ ਟੀਮ ਬਣ ਜਾਂਦੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਜਿੱਦਾਂ ਕੋਚ ਸਾਹਿਬ ਹੋਗੇ ਫੈਮਿਲੀ ਹੋਗੀ ਤੁਹਾਡੇ ਫਰੈਂਡ ਸਰਕਲ ਹੋ ਗਿਆ ਉਹ ਤੁਹਾਨੂੰ ਪੁਸ਼ ਕਰ ਦਿੰਦੇ ਨੇ ਅੱਗੇ ਵੀ ਆਪ ਇੱਥੇ ਨਹੀਂ ਰੁਕਣਾ ਹੋਰ ਅੱਗੇ ਜਾਣਾ ਉਹ ਚੀਜ਼ਾਂ ਸਾਰੀਆਂ ਕਾਊਂਟ ਕਰਦੀਆਂ ਜੀ ਬਿਲਕੁਲ ਮੇਰੇ ਲਈ ਪ੍ਰਿਵੀਲੇਜ ਆ ਕਿ ਮੈਂ ਇਹਨਾਂ ਦੀ ਵਾਈਫ ਆ ਤੇ ਪਹਿਲਾਂ ਮੇਰੇ ਮਦਰਨ ਲਾਓ ਤੇ ਫਾਦਰਨ ਲਾਓ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਈ ਆ ਇਹਨਾਂ ਨੂੰ ਬਹੁਤ ਵਧੀਆ ਰੇਸ ਕੀਤਾ ਇੱਕ ਐਥਲੀਟ ਤਾਂ ਇਹ ਹੈਗੇ ਹੀ ਨੇ ਕਿ ਇੰਟਰਨੈਸ਼ਨਲ ਐਥਲੀਟ ਨੇ ਏਸ਼ੀਅਨ 골ਡ ਮੈਡਲਿਸ ਨੇ ਬਟ ਇਹਦੇ ਨਾਲ ਨਾਲ ਇਹ ਇਨਸਾਨ ਵੀ ਬਹੁਤ ਵਧੀਆ ਨੇ इमोਸ਼ਨਲੀ ਬਹੁਤ ਵਧੀਆ ਨੇ ਰਿਸ਼ਤਿਆਂ ਨੂੰ ਕਿਵੇਂ ਸੰਭਾਲਣਾ ਉਹਦੇ ਲਈ ਬਹੁਤ ਵਧੀਆ ਨੇ ਤਾਂ ਬੀਇੰਗ ਅ ਵਾਈਫ ਡੈਫੀਨਿਟਲੀ ਜੋ ਤੁਸੀਂ ਇੱਕ ਐਥਲੀਟ ਦੀ ਵਾਈਫ ਹੋ ਤੁਹਾਡੀ ਇੱਕ ਜ਼ਿੰਮੇਵਾਰੀ ਹੈਗੀ ਆ ਕਿ ਤੁਸੀਂ ਉਹਨਾਂ ਨੂੰ ਸਪੋਰਟ ਕਰਨਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਣੀ ਜਣੀ ਉਹਨਾਂ ਦੀ ਟ੍ਰੇਨਿੰਗ ਨਹੀਂ ਡਿਸਟਰਬ ਕਰਨੀ ਆ ਫੋਰ ਇਗਜ਼ਾਮਪਲ ਅਗਰ ਕਦੇ ਲਾਸਟ ਜਸਟ ਜਨਰਲ ਜਨਵਰੀ ਦੇ ਵਿੱਚ ਕੀ ਹੋਇਆ ਸੀਗਾ ਕਿ ਵਾਇਰਲ ਹੋ ਰਿਹਾ ਸੀ ਇੱਕ ਦੂਜੇ ਤੋਂ ਹੈਨਾ ਤਾਂ ਕੀ ਕੀ ਹੁੰਦਾ ਸੀਗਾ ਕਿ ਮੈਨੂੰ ਪਤਾ ਕਿ ਪਾਸਨ ਹੋਊਗਾ ਤਾਂ ਮੈਂ ਸੈਪਰੇਟ ਰੂਮ 'ਚ ਰਹਿੰਦੀ ਸੀ ਤਾਂ ਕਿ ਇਹਨਾਂ ਦੀ ਟ੍ਰੇਨਿੰਗ ਇਫੈਕਟ ਨ ਹੋਵੇ ਬਿਕੋਜ਼ ਅਗਰ ਇੱਕ ਦਿਨ ਲਈ ਵੀ ਅਗਰ ਪਲੇਅਰਿਕ ਸਿੱਕ ਹੁੰਦਾ ਆ ਫੋਰ 1 ਡੇ ਵੀ ਅਗਰ ਉਹ ਸਿੱਕ ਹੁੰਦਾ ਤਾਂ ਇੱਕ ਹਫਤੇ ਦੀ ਟ੍ਰੇਨਿੰਗ ਦੋ ਹਫ਼ਤੇ ਦੀ ਟ੍ਰੇਨਿੰਗ ਖਰਾਬ ਹੁੰਦੀ ਆ ਤਾਂ ਅਸੀਂ ਇਹਨਾਂ ਚੀਜ਼ਾਂ ਦਾ ਮੈਂ ਬਹੁਤ ਧਿਆਨ ਰੱਖਦੀ ਆ ਅ ਐਕਚੁਅਲੀ ਮੈਂ ਟੀਵੀ ਤੇ ਦੇਖ ਹੀ ਰਹੀ ਸੀਗੀ ਤਾਂ ਉਹ ਸਡਨ ਹੁੰਦਾ ਇੱਕ ਤਾਂ ਨਵਾਂ ਰਿਕਾਰਡ ਬਣਿਆ ਤੇ ਇਹਨੇ ਨੇਸ਼ਨ ਗੇਮਸ ਦੇ ਲਈ ਵੀ ਕੁਆਲੀਫਾਈ ਕੀਤਾ ਤੇ ਵਰਲਡ ਚੈਂਪੀਅਨਸ਼ਿਪ ਦੇ ਲਈ ਵੀ ਕੁਆਲੀਫਾਈ ਕੀਤਾ ਤਾਂ ਸਡਨ ਇਮੋਸ਼ਨਸ ਬਹੁਤ ਜ਼ਿਆਦਾ ਹੋ ਗਏ ਸੀ ਤਾਂ ਮੈਮ ਆਈ ਵਾਸ ਕ੍ਰਾਈਂਗ ਮੇਰੇ ਸਿਸਟਰ ਮੇਰੇ ਕੋਲ ਸੀਗੇ ਮੈਂ ਆਪਣੇ ਮਦਰ ਇਨ ਲਾ ਨਾਲ ਫਿਰ ਫੋਨ ਤੇ ਗੱਲ ਵੀ ਕਰ ਲਈ ਕਰ ਰਹੀ ਸੀ ਕੰਟੀਨਿਊਸਲੀ ਕਿਉਂਕਿ ਇਹ ਪਿੰਡ ਸੀਗੇ ਦਾਦੀ ਜੀ ਦੀ ਡੈਥ ਹੋਈ ਸੀ ਤਾਂ ਮੈਂ ਫੋਨ ਤੇ ਅਸੀਂ ਦੋਨੋਂ ਹੀ ਰੋ ਰਹੇ ਸੀਗੇ ਕਿਉਂਕਿ ਸਾਡੇ ਲਈ ਇਹ ਬਹੁਤ ਵੱਡੀ ਮੂਮੈਂਟ ਸੀ ਹੁੰਦੀ ਆ ਇਹ ਆਪਾਂ ਦੱਸ ਨਹੀਂ ਸਕਦੇ ਕਿ ਜੋ ਇੱਕ ਅਚੀਵਮੈਂਟ ਕਰ ਰਹੇ ਨੇ ਅਚੀਵਮੈਂਟ ਇਹਨਾਂ ਨੇ ਕੀਤੀ ਆ ਤਾਂ ਮੇਰੇ ਲਈ ਫੀਲਿੰਗ ਸੀ ਤੇ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਗਈ ਸੀ ਇਹ ਇਵਨ ਇਹ ਵੀ ਹੋ ਗਈ ਸੀਗੇ ਜਦੋਂ ਇਹਨਾਂ ਨੇ ਥਰੋ ਲਗਾਈ ਆ ਤਾਂ ਮੈਂ ਟੀਵੀ ਤੇ ਦੇਖ ਹੀ ਰਹੀ ਸੀ ਇਹਨਾਂ ਨੂੰ ਆਫਟਰ ਥਰੋ ਵੀ ਇਮੋਸ਼ਨਲ ਹੋ ਗਏ ਸੀ ਇਹਨਾਂ ਨੇ ਆਪਣੇ ਦਾਦੀ ਜੀ ਨੂੰ ਯਾਦ ਕੀਤਾ 18 ਦੇ ਵਿੱਚ ਸੀਗੇ ਤੁਸੀਂ ਏਸ਼ੀਅਨ ਗੇਮਸ ਦੇ ਵਿੱਚ 골ਡ ਆਇਆ ਸੀ ਉਹ ਵਾਲੀ ਫੀਲਿੰਗ ਕਿਵੇਂ ਸੀਗੀ ਉਹ ਬਿਲਕੁਲ ਉਹ ਜਦੋਂ ਪਹਿਲਾਂ ਜਦੋਂ ਮੈਂ ਪਹਿਲੀ ਪਹਿਲੀ ਥਰੋ ਤੇ ਮੇਰਾ 골ਡ ਮੈਡਲ ਚੱਲ ਰਿਹਾ ਸੀ ਉੱਥੇ ਪਰ ਮੈਨੂੰ ਆਏ ਸੀਗਾ ਵੀ ਮੈਂ ਵੀ ਵਧੀਆ ਥਰੋ ਲਾਵਾਂ ਮੇਰਾ ਟਾਰਗੇਟ ਸੀ 20 50 ਦਾ ਤੇ ਉਹ ਜਦੋਂ 2075 ਲੱਗੀ ਜਦੋਂ ਉਹਨਾਂ ਨੇ ਅਨਾਉਂਸ ਕੀਤਾ ਵੀ ਨਵਾਂ ਨੈਸ਼ਨਲ ਰਿਕਾਰਡ ਹੋਇਆ ਉਹਨੂੰ ਬੜੀ ਖੁਸ਼ੀ ਹੋਈ ਮਤਲਬ ਇੱਕ ਅੰਦਰ ਉਹ ਫੀਲਿੰਗ ਆਪਾਂ ਨੂੰ ਲੱਗਦਾ ਕਿਸੇ ਨਾਲ ਆਪਾਂ ਜ਼ਾਹਰ ਨਹੀਂ ਕਰ ਸਕਦੇ ਇੱਕ ਜਦੋਂ ਆਪਣੇ ਗੱਲ 'ਚ ਮੈਡਲ ਪੈਂਦਾ ਵਾ ਇੱਕ ਜਦੋਂ ਆਪਣਾ ਨੈਸ਼ਨਲ ਐਂਥਮ ਆਜਦਾ ਉਹ ਫੀਲਿੰਗ ਆਪਾਂ ਕਿਸੇ ਨਾਲ ਨਹੀਂ ਸ਼ੇਅਰ ਕਰ ਸਕਦੇ ਹਨਾ ক্রিকেট ਤੋਂ ਸ਼ਾਰਟ ਪੁੱਟ ਦੇ ਵਿੱਚ ਫਾਦਰ ਸਾਹਿਬ ਨੇ ਕਿੰਨਾ ਤੱਕੇ ਨਾਲ ਪੋਸ਼ ਕੀਤਾ ਜਾਂ ਫਿਰ ਮਤਲਬ ਕਿ ਉਹ ਆਪਣਿਆਂ 'ਪੇ ਇੰਟਰਸਟ' ਬਣਨ ਲੱਗ ਗਿਆ ਸੀ ਐਕਚੁਅਲੀ ਮੈਂ ਪੜ੍ਹਾਈ 'ਚ ਬਹੁਤ ਵੀਕ ਸੀਗਾ ਜੀ ਆਉ ਕਹਿੰਦੇ ਟੀਚਰਸ ਤੁਹਾਨੂੰ ਕੱਢ ਦਿੰਦੇ ਹੁੰਦੇ ਸੀ ਕਲਾਸ 'ਚ ਉਹ ਟੀਚਰ ਨੇ ਆਉਣਾ ਹਾਂਜੀ ਤਜਿੰਦਰਪਾਲ ਗੈਟ ਆਊਟ ਕਲਾਸ ਤੂੰ ਮੈਂ ਬਾਹਰ ਜਾ ਕੇ ਖੜ ਜਾਣਾ ਮੈਨੂੰ ਵੀ ਹੁੰਦਾ ਸੀ ਵੀ ਚਲੋ ਕਿਹੜਾ ਛੁੱਟਿਆ ਪੜ੍ਹਾਈ ਤੋਂ ਤੇ ਫਿਰ ਜਦੋਂ ਪੈਨ ਆਉਣਾ ਕਰੇ ক্রিকেট ਖੇਡਣ ਚੱਲ ਜਾਣਾ ਸੀ ਉਹ ਡੈਡੀ ਨੂੰ ਉਹ ਚੀਜ਼ ਵਧੀਆ ਨਹੀਂ ਉਹ ਕਹਿੰਦੇ ਵੀ ਜੂ ਜੇ ਗੇਮ ਕਰਨੀ ਆ ਤਾਂ ਇੰਡੀਵਿਜੂਅਲ ਇਵੈਂਟ ਕਰ ਕੋਈ ਵੀ ਵੀ ਟੀਮ ਵਾਲਾ ਨਾ ਕਰ ਉਹਦੇ ਵਿੱਚ ਉਹਨਾਂ ਨੇ ਸੋਚਣੀ ਸੀ ਵੀ ਸਪਾਰਸ ਚੱਲਦੀ ਜਿਵੇਂ ਆਪਣੇ ਪੇਰੈਂਟ ਸੋਚਦੇ ਨੇ ਨਾ ਤੇ ਮੇਰੇ ਚਾਚਾ ਜੀ ਸ਼ਾਰਟ ਪੁੱਟ ਕਰਦੇ ਸੀਗੇ ਤੇ ਮੈਂ ਉਹਨਾਂ ਨਾਲ ਜਾਣ ਲੱਗ ਗਿਆ ਆਪਣੇ ਮੋਗਾ ਮੋਗੇ ਦੀ ਗਰਾਊਂਡ ਦੇ ਵਿੱਚ ਫਿਰ ਅੱਗੇ ਦੇ ਅੱਗੇ ਇਧਰ ਇੰਟਰਸਟ ਵਧਦਾ ਗਿਆ ਜੀ ক্রিকেট ਫਿਰ ਕਿੰਨਾ ਟਾਈਮ ਖੇਡੀ ਤੇ ਸ਼ਾਰਟ ਪੁੱਟ ਚ ਕਦੋਂ ਆਈ ਤੇ ক্রিকেট ਜਿੱਦਾਂ ਆਪਾਂ ਨਾਰਮਲ ਪਿੰਡ ਦੇ ਵਿੱਚ ਖੇਡਦੇ ਹੁੰਨੇ ਆ ਗਰਾਊਂਡ ਦੇ ਵਿੱਚ ਜਾ ਕੇ ਉਦਾਂ ਹੀ ਨਾਰਮਲ ਨਹੀਂ ਹਾਂ ਜੀ ਹਾਂ ਜੀ ਫਿਰ 2006 ਦੇ ਵਿੱਚ ਮਨ ਲੱਗਦਾ ਮੈਂ ਸ਼ਾਰਟ ਪੁੱਟ ਸ਼ੁਰੂ ਕੀਤਾ ਸੀਗਾ ਜੀ ਹਾਂ ਜੀ ਹਾਂ ਜੀ ਤੇ ਇਹ ਸ਼ਾਰਟ ਪੁੱਟ ਇੱਕ ਕਿਉਂਕਿ ਪਿੰਡ ਦੇ ਵਿੱਚ ਜਦੋਂ ਤੁਸੀਂ ਸ਼ਾਰਟ ਪੁੱਟ ਵਰਗੀ ਗੇਮ ਲੈਣੇ ਹੋ ਹਨ ਤੇ ਤੁਹਾਡੇ ਲਈ ਫਿਰ ਉਦੋਂ ਬੜੀਆਂ ਪ੍ਰੋਬਲਮਸ ਹੁੰਦੀਆਂ ਨੇ ਕਿਉਂਕਿ ਤੁਸੀਂ ਤੁਹਾਡਾ ਸਕੂਲ ਲੈਵਲ ਤੇ ਵੀ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਉਸ ਜਿਹੜਾ ਲੈਵਲ ਦਾ ਕਹਿ ਸਕਦੇ ਆ ਕਿ ਤਿਆਰੀਆਂ ਨਹੀਂ ਹੁੰਦੀਆਂ ਹਨ ਫਿਰ ਉਹ ਕਿਵੇਂ ਸਟੈਪ ਬਾਈ ਸਟੈਪ ਅੱਗੇ ਵਧਿਆ ਕਿ ਤੁਸੀਂ 올림픽 ਤੱਕ ਪਹੁੰਚੇ ਵੀ ਸ਼ਾਰਟ ਪੁੱਟ ਦੇ ਵਿੱਚ ਅੱਗੇ ਅੱਗੇ ਵਧਦੇ ਗਏ ਹਾਂ ਜਿੱਦਾਂ ਪਹਿਲਾਂ ਮੈਂ ਚਾਚਾ ਜੀ ਕੋਲ ਗੇਮ ਸ਼ੁਰੂ ਕੀਤੀ ਉਦੋਂ ਮਤਲਬ ਮੈਂ 3-4 ਸਾਲ ਦੇ ਵਿੱਚ 20 ਮੀਟਰ ਲਾਤਾ ਸੀਗਾ ਜੀ ਤੇ ਫਿਰ ਮੇਰੇ ਇੰਜੀਨੀਅਰ ਵਗੈਰਾ ਆਉਣ ਲੱਗੀਆਂ ਫਿਰ 2015 ਦੇ ਵਿੱਚ ਮੈਂ ਆਪਣੇ ਮੋਹਿੰਦਰ ਸਿੰਘ ਢਿੱਲੋਂ ਕੋਲ ਸਾਹਿਬ ਉਹਨਾਂ ਨੇ ਬਹੁਤ ਕੰਮ ਕੀਤਾ ਮਤਲਬ 2021 ਤੱਕ ਉਹਨਾਂ ਨਾਲ ਰਹੀ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਮਤਲਬ ਬਹੁਤ ਮਲਟੀਪਲੀ ਗੱਲਾਂ ਜਿਹੜੀਆਂ ਹੁੰਦੀਆਂ ਟੈਕਨਿਕ ਦੀਆਂ ਸਿੱਖਣ ਨੂੰ ਮਿਲੀਆਂ ਫਿਰ ਹੁਣ ਪਿਛਲੇ ਸਾਲ ਤੋਂ ਮੈਂ ਪ੍ਰਵੀਰ ਕੋਸਰ ਸਾਹਿਬ ਜੀ ਨਾਲ ਕੰਮ ਕਰ ਰਿਹਾ ਇਹਨਾਂ ਤੋਂ ਮੈਨੂੰ ਕੁਝ ਹੋਰ ਵੇ ਟ੍ਰੇਨਿੰਗ ਬਾਰੇ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ ਉਹ ਮਤਲਬ ਰਿਜ਼ਲਟ ਸ਼ਾਰਟ ਪੁੱਟ ਚ ਆ ਰਿਹਾ ਇਹ ਜਿਹੜੀ ਫਿਜ਼ੀਕ ਦਾ ਸੀਗਾ ਇਹ ਫਿਜ਼ੀਕ ਥਾਡੀ ਐਵੇਂ ਆ ਜਾਂ ਘਰ ਦੇ ਵਿੱਚ ਹੈਰਿਡੀਟੀ ਸੀਗੀ ਪਹਿਲਾਂ ਨਹੀਂ ਮੇਰੇ ਡੈਡੀ ਵੀ ਸੇਮ ਇਦਾਂ ਹੀ ਸੀ ਉਹ ਰੱਸਾ ਖੇਡ ਸੀ ਜਿੱਦਾਂ ਆਪਾਂ ਪਿੰਡਾਂ 'ਚ ਕਹਿੰਦੇ ਉਹ ਖੇਡਦੇ ਸੀ ਉਦਾਂ ਹੀ ਹਾਂਜੀ ਉਹਨਾਂ ਨੇ ਸੇਮ ਹਾਈਟ ਇਨ ਹੁੰਦੀ ਸੀਗੀ ਤੇ ਇਹ ਵੀ ਸੀਗਾ ਸੁਣਿਆ ਕਿ ਤੁਹਾਡੇ ਜਿਹੜੇ ਸ਼ੂਜ਼ ਵਗੈਰਾ ਨੇ ਸਾਰੇ ਬਾਹਰੋਂ ਹੀ ਆਉਂਦੇ ਨੇ ਇਥੋਂ ਆਉਂਦਾ ਹੀ ਕੋਸ਼ਿਸ਼ ਆ ਕਿ ਐਕਚੁਅਲੀ ਮੇਰਾ ਬਾਡੀ weight ਜਿਆਦਾ ਹੈ ਜੀ ਇੱਥੇ ਜਿਹੜਾ ਸ਼ੂਜ਼ ਆ ਸੋਲ ਹੁੰਦਾ ਨਾ ਉਹ ਛੇਤੀ ਖਰਾਬ ਹੋ ਜਾਂਦਾ ਜੀ ਉਹ ਜਿਹੜੇ ਬਾਹਰ ਵਾਲੇ ਪ्युअर ਹੁੰਦਾ ਜੀ ਹਾਂਜੀ ਹਾਂਜੀ ਇੱਥੇ ਮੇਰੇ ਪਹਿਲਾਂ ਸਾਈਜ਼ ਹੀ ਨਹੀਂ ਆਉਂਦਾ ਸਾਈਜ਼ ਦੀ ਬੜੀ ਦਿੱਕਤ ਆ ਜਾਂਦੀ ਹੈ ਜੀ ਤੇ ਫਿਰ ਉਦੋਂ ਕਿਉਂਕਿ ਪਹਿਲਾਂ ਦਾਦੀ ਹੈਲਪ ਕਰਦੇ ਹੁੰਦੇ ਸੀ ਹੁਣ ਸਾਰਾ ਕੁਝ ਬਦਲ ਗਿਆ ਹੈ ਮਿਹਨਤ ਕੀਤੀ ਹੈ ਜਦੋਂ ਮਤਲਬ ਮੈਂ 2016 ਚ ਇੰਡੀਅਨ ਨਵੀ ਜੁਆਇਨ ਕੀਤੀ ਸੀ ਉਸ ਤੋਂ ਪਹਿਲਾਂ ਮਤਲਬ ਮੇਰੀ ਦਾਦੀ ਕਾਫੀ ਹੈਲਪ ਕਰਦੇ ਹੁੰਦੇ ਜਦੋਂ ਮੈਂ ਜਲੰਧਰ ਰਹਿੰਦਾ ਸੀਗਾ ਕਦੇ 100 ਡਾਲਰ ਪਾਦਾ ਕਦੇ 200 ਡਾਲਰ ਪਾਦਾ ਮਤਲਬ ਉਹ 100 200 ਡਾਲਰ ਮਤਲਬ ਵੀ ਮੈਨੂੰ ਇੰਨਾ ਕੁ ਪ੍ਰੈਕਟਿਸ ਕਰਨ ਵਾਸਤੇ ਪੋਜ਼ਿਟਿਵ ਕਰਦਾ ਸੀਗਾ ਮਤਲਬ ਵੀ ਮੈਂ ਗਰਾਊਂਡ 'ਚ ਲੱਗੇ ਹੀ ਰਹਿੰਦਾ ਵੀ ਮੇਰੇ ਆਸਤੇ ਕੋਈ ਇੰਨਾ ਕਰ ਰਿਹਾ ਵੀ ਮੈਂ ਇਹਦਾ ਰਿਜ਼ਲਟ ਦੇਣਾ ਹੀ ਦੇਣਾ ਤੇ ਉਹ ਨਾ ਹੀ ਕਦੇ ਮੇਰੇ ਤੋਂ ਪੈਸਾ ਖਤਮ ਹੁੰਦਾ ਸੀਗਾ ਜੀ ਉਹਨਾਂ ਨੂੰ ਕਿੰਨਾ ਖੁੰਦਾ 5-10 ਹਜ਼ਾਰ ਹੁੰਦਾ ਸੀ ਇੰਨਾ ਕਿ ਮੈਨੂੰ ਘਰੋਂ ਮਿਲ ਜਾਂਦਾ ਬਸ ਚਲੋ ਖਰਚਾ ਚੱਲ ਜਾਂਦਾ ਸੀ ਇਹਦੇ ਨਾਲ ਹੀ ਹਾਂਜੀ ਤੇ ਡਾਈਟ ਵਗੈਰਾ ਦਾ ਡਾਈਟ ਹੋਂ ਤਾਂ ਹੀ ਜਿੱਦਾਂ ਕੋਈ ਪ੍ਰੋਬਲਮ ਨਹੀਂ ਹੋਂ ਜਿੱਦਾਂ ਪਿਛਲੇ 5-6 ਸਾਲ ਤੋਂ ਮੈਂ ਨੈਸ਼ਨਲ ਕੈਂਪ 'ਚ ਆਂ ਪਟਿਆਲੇ 'ਚ ਪਹਿਲਾਂ ਜਦੋਂ ਇਸ ਤੋਂ ਪਹਿਲਾਂ ਫਿਰ ਸਾਰਾ ਆਪਣੀ ਕਰਨਾ ਪੈਂਦਾ ਸੀ ਉਦੋਂ ਜਿਵੇਂ ਇਹ ਇਹ ਪੰਜਾਬ ਦੀ ਤਰਾਸਦੀ کہہ ਸਕਦੇ ਆ ਕਿ ਬੱਚੇ ਜੇਕਰ ਗੇਮ ਕਰਨਾ ਵੀ ਚਾਹੁੰਦੇ ਨੇ ਤਾਂ ਉਹਨਾਂ ਨੂੰ ਉਹ ਫੈਸਿਲਿਟੀਆਂ ਨਹੀਂ ਮਿਲਦੀਆਂ ਉਹ ਡਾਈਟ ਨਹੀਂ ਉਹਨਾਂ ਨੂੰ ਮਿਲਦੀ ਕਿ ਫਿਰ ਉਹ ਬੱਚੇ ਅੱਗੇ ਨਹੀਂ ਵਧ ਪਾਉਂਦੇ ਹੈਗੇ ਮੈਨੂੰ ਲੱਗਦਾ ਨਾ ਗੇਮ ਕੋਈ ਵੀ ਟੈਂਪ ਹਾਲਦੀ ਆ 5 ਸਾਲ 10 ਸਾਲ ਮਤਲਬ ਤੁਹਾਨੂੰ ਉਹਦੇ ਵਿੱਚ ਟਾਈਮ ਦੇਣਾ ਪੈਂਦਾ ਇਵੇਂ ਨਹੀਂ ਪਤਾ ਵੀ ਉਹ 5-10 ਸਾਲ ਦੇ ਵਿੱਚ ਵੀ ਤੁਹਾਡੀ ਪਰਫਾਰਮੈਂਸ ਆਵੇ ਨਾ ਆਵੇ। ਕਾਫੀ ਗੱਲਾਂ ਹੋ ਜਾਂਦੀਆਂ। ਹੁਣ ਜਿੱਦਾਂ ਮੈਨੂੰ ਲੱਗਦਾ ਜਿਹੜਾ ਯੂਥ ਆ ਉਹਦੀ ਸੋਚ ਆ ਜਿੱਦੇ 10ਵੀਂ ਕਰ ਲੈਂਦਾ 11ਵੀਂ ਵਿੱਚ ਆਪਦੀ ਆਈਡੈਂਟਿਟੀ ਕਲਾਸ ਸ਼ੁਰੂ ਕਰ ਦਿੰਦਾ। ਤੇ ਬਾ ਨਾਲ ਦੀ ਨਾਲ ਜਦੋਂ ਪਲੱਸ 2 ਹੁੰਦੀ ਨਾਲ ਦੀ ਨਾਲ ਬਾਹਰ ਚਲੇ ਜਾਂਦੇ ਨੇ। ਪੇਰੈਂਟਸ ਦੀ ਵੀ ਸੋਚ ਹੈ ਇਹੀ ਆ ਹੁਣ ਵੀ ਸਾਡੇ ਬੱਚੇ ਬਾਹਰ ਹੀ ਜਾਣ ਪਤਾ ਨਹੀਂ। ਕਿਉਂ? ਇਹ ਸੋਚ ਆ ਹੋਰ ਹੀ ਪਰ ਇਹ ਹੋਣਾ ਚਾਹੀਦਾ ਨਹੀਂ ਜੇ ਯੂਥ ਦੇ ਨਾਲ ਹੀ ਤੁਹਾਡੀ ਸਟੇਟਾ ਤੁਹਾਡਾ ਕੋਈ ਵੀ ਕੰਟਰੀ ਯੂਥ ਦੇ ਨਾਲ ਹੀ ਹੁੰਦੀ ਆ ਨਾ। ਜੀ। ਤਨ ਲੱਗਦਾ ਵੀ ਗਵਰਨਮੈਂਟਸ ਵਗੈਰਾ ਜਿਵੇਂ ਚਾਹੇ ਉਹ ਪੰਜਾਬ ਦੀ ਨਹੀਂ ਮੈਂ ਗੱਲ ਹੀ ਗੱਲ ਕਰਦੀ ਪੂਰੇ ਇੰਡੀਆ ਦੀ ਕਿਉਂਕਿ ਇੰਡੀਆ ਦਾ ਹੀ ਆਪਣਾ ਜਿਹੜਾ ਪ੍ਰਦਰਸ਼ਨ ਹੈ 올림픽ਸ ਦੇ ਵਿੱਚ ਉਹ ਬਾਕੀ ਦੇਸ਼ਾਂ ਦੇ ਮੁਕਾਬਲੇ ਅਸੀਂ ਬੜਾ ਪਿੱਛੇ ਹੁੰਦੇ ਆ ਹਨ ਤੇ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੀਆਂ ਜਿਹੜੀਆਂ ਖੇਡ ਨੀਤੀਆਂ ਨੇ ਉਹ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਨੌਜਵਾਨ ਅੱਗੇ ਆ ਸਕਣ ਗੇਮਸ ਦੇ ਵਿੱਚ ਇਹ ਮੈਨੂੰ ਲੱਗਦਾ ਵੀ ਜਿੱਦਾਂ ਸਕੂਲਿੰਗ ਤੋਂ ਹੀ ਬੱਚਿਆਂ ਨੂੰ ਇੱਧਰ ਗੇਮਾਂ ਵਿੱਚ ਰੱਖਣਾ ਚਾਹੀਦਾ ਪਰ ਇੱਕ ਗੱਲ ਹੋਰ ਹੈ ਇਹਦੇ ਵਿੱਚ ਕੋਚਸ ਦੀ ਬਹੁਤ ਕਮੀ ਆ ਬਾਹਰ ਜਿਵੇਂ ਹੁਣ ਅਸੀਂ ਦਾ ਅੰਦਰ ਹੈਗੇ ਆ ਨੈਸ਼ਨਲ ਕੈਂਪ ਸਾਨੂੰ ਵਧੀਆ ਕੋਚ ਪ੍ਰੋਵਾਈਡ ਨੇ ਬਾਹਰ ਉਹਨਾਂ ਨੂੰ ਜਿਹੜੀਆਂ ਗਰਾਊਂਡਾਂ ਨੇ ਉਹਦੇ ਵਿੱਚ ਲੋਕ ਸੈਰ ਕਰ ਰਹੇ ਨੇ ਮਤਲਬ ਇੱਕ ਪਲੇਅਰ ਨੂੰ ਚਾਹੀਦਾ ਹੁੰਦਾ ਐਟਮੋਸਫੇਅਰ ਵੀ ਇਕੱਲਾ ਪਲੇਅਰ ਪ੍ਰੈਕਟਿਸ ਕਰੇ ਆਸ-ਪਾਸੇ ਉਹਨੂੰ ਡਿਸਟਰਬੈਂਸ ਬਿਲਕੁਲ ਨਹੀਂ ਚਾਹੀਦੀ ਹੁੰਦੀ ਹੁਣ ਆਪਾਂ ਇੱਥੇ ਪਟਿਆਲੇ ਪੋਲੋ ਗਰਾਊਂਡ ਦੀ ਗੱਲ ਕਰਦੇ ਆ ਉਹ ਲੋਕ ਸਾਰੇ ਸੈਰ ਆਲੇ ਆਉਂਦੇ ਨੇ ਦੂਜੇ ਜਿਹੜੇ ਪਲੇਅਰ ਆ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਪ੍ਰੈਕਟਿਸ ਕਰਨ ਨਾਲ ਉਹ ਕੀ ਕਰਦੇ ਨੇ ਥਰੋ ਆਫ ਦੀ ਇੱਥੇ ਕਰਦੇ ਨੇ ਵੇਟ ਟ੍ਰੇਨਿੰਗ ਕਰਨ ਵਾਸਤੇ ਉਹਨਾਂ ਨੂੰ 5-6 ਕਿਲੋਮੀਟਰ ਦੂਰ ਜਾਣਾ ਪੈਂਦਾ ਤੇ ਇਹ ਕਾਫੀ ਚੀਜ਼ਾਂ ਨੇ ਇੱਕ ਕੋਚਿਸ ਵੀ ਨਹੀਂ ਹੈਗੇ ਤੇ ਇੱਕ ਹੋਰ ਚਾਹੀਦਾ ਜਿੱਦਾਂ ਵੀ ਨੈਸ਼ਨਲ ਮੈਡਲ ਆਉਂਦਾ ਜੂਨੀਅਰ ਆਉਂਦਾ ਸੀਨੀਅਰ ਆਉਂਦਾ ਉਹਨਾਂ ਨੂੰ ਮੰਥਲੀ 20000 25000 ਰੁਪਈਆ ਮੈਨੂੰ ਲੱਗਦਾ ਸਰਕਾਰ ਨੂੰ ਦੇਣਾ ਚਾਹੀਦਾ ਪੰਜਾਬ 'ਚ ਸਰਕਾਰ ਬਦਲੀ ਆਮ ਆਦਮੀ ਪਾਰਟੀ ਇਸੇ ਪੈਟਰਨ ਤੇ ਆਈ ਉਹਨਾਂ ਨੇ ਆ ਕੇ ਇਹੀ ਕਿਹਾ ਕਿ ਅਸੀਂ ਖੇਡਾਂ ਦੇ ਵਿੱਚ ਪੰਜਾਬ ਨੂੰ ਮੂਰੀ ਸੂਬਾ ਬਣਾਉਣਾ ਫਿਰ ਉਹਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਵੀ ਸ਼ੁਰੂ ਕੀਤਾ ਤੁਹਾਨੂੰ ਇਹ ਚੇਂਜ ਸਹੀ ਲੱਗ ਰਿਹਾ ਕਿ ਇਸ ਚੀਜ਼ ਦੇ ਨਾਲ ਫਾਇਦਾ ਜਿਹੜਾ ਪੰਜਾਬ ਨੂੰ ਹੋਏਗਾ ਸਪੈਸ਼ਲੀ ਗੇਮਸ ਦੇ ਵਿੱਚ ਦੇਖੋ ਇੱਕ ਕੰਪੀਟੀਸ਼ਨ ਕਰਾ ਕੇ ਹਟ ਜਾਣਾ ਉਹਦੇ ਨਾਲ ਮੈਨੂੰ ਕੋਈ ਲੱਗਦਾ ਨਹੀਂ ਕੋਈ ਐਡਾ ਖਾਸ ਚੇਂਜ ਆਉਂਦਾ ਹੈਗਾ ਮਤਲਬ ਵੀ ਤੁਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿੱਦਾਂ ਸਕੂਲਿੰਗ ਚੋ ਜਿਹੜੇ ਬੱਚੇ ਨੈਸ਼ਨਲ ਸਕੂਲ ਨੈਸ਼ਨਲ ਜਾ ਰਹੇ ਨੇ ਉੱਥੋਂ ਸਿਲੈਕਟ ਕਰਕੇ ਉਹਨਾਂ ਨੂੰ ਇੱਕ ਅਕੈਡਮੀ ਚਲਾ ਕੇ ਵਧੀਆ ਕੋਚ ਦੇ ਕੇ ਡਾਈਟ ਦੇ ਕੇ 500 ਸਾਲ ਚਲਾਉਣਾ ਪੈਂਦਾ ਫੇਰ ਜਾ ਕੇ ਆਉਟਪੁੱਟ ਮਿਲਦੀ ਹੈ ਨਾ ਤੇ ਹੁਣ ਜਿੱਦਾਂ ਕਹਿ ਰਹੇ ਨੇ ਵੀ ਨਵੀਂ ਖੇਡ ਨੀਤੀ ਬਣਾ ਰਹੇ ਨੇ ਹਾਂ ਉਹਦੇ ਵਿੱਚ ਦੇਖੋ ਵੀ ਕੀ ਚੇਂਜਸ ਕਰਦੇ ਨੇ ਤੁਹਾਨੂੰ ਕੀ ਲੱਗਦਾ ਵੀ ਖੇਡ ਦੀ ਇਹ ਮੈਨੂੰ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਸਕੂਲ ਜਿੱਦਾਂ ਕੋਈ ਨੈਸ਼ਨਲ ਦਾ ਵੀ ਨਾ ਕੈਸ਼ ਅਵਾਰਡ ਘੱਟੋ ਘੱਟ 2.5 ਲੱਖ ਰੁਪਏ ਤਾਂ ਹੋਣਾ ਚਾਹੀਦਾ ਤਾਂ ਜੋ ਜੋ ਬੱਚੇ ਗੇਮ ਕਰ ਰਹੇ ਨੇ ਉਹ ਮੋਟੀਵੇਟ ਹੋ ਕੇ ਹੋਰ ਮੈਡਲ ਲੈ ਕੇ ਹੁਣ ਜੇ ਅੱਜ ਉਹ ਨੈਸ਼ਨਲ ਦੇ ਮੈਡਲ ਲੈ ਆ ਰਹੇ ਨੇ ਕੱਲ ਉਹ ਇੰਟਰਨੈਸ਼ਨਲ ਵੀ ਤਾਂ ਹੋਣਗੇ ਹਨਾ ਹੁਣ ਇਹਨਾਂ ਨੇ ਕੀ ਕੀਤਾ ਹਰਿਆਣੇ ਨੇ ਦੇਖੋ ਕਿੰਨੀ ਵਧੀਆ ਖੇਡ ਪਾਲਿਸੀ ਸੀਗੀ ਇਹਨਾਂ ਦੀ ਅ ਕੋਈ ਵੀ ਬਾਹਰੋਂ ਖੇਡ ਕੇ ਆਉਂਦਾ ਨਾਲ ਦੀ ਨਾਲ ਜੌਬ ਨਾਲ ਦੀ ਨਾਲ ਕੈਸ਼ ਵਾਰਡ ਤੇ ਜਿਹੜੇ ਨੈਸ਼ਨਲ ਆਣ ਨੂੰ ਵੀ 3 ਲੱਖ ਰੁਪਏ ਦੇ ਰਹੇ ਨੇ ਤੇ ਤਾਂ ਹੀ ਉਹਨਾਂ ਦਾ ਹੁਣ ਮੰਨ ਲਓ ਇੱਕ ਪਲੇਅਰ ਇੱਥੇ ਨੇ ਇੱਕ ਇੱਥੇ ਨੇ ਹੋਰ ਇਹ ਜਿਹੜਾ ਗੈਪ ਆ ਇਹ ਜੂਨੀਅਰ ਹੀ ਕੰਪਲੀਟ ਕਰਨਗੇ ਹਨਾ ਜੀ ਜੂਨੀਅਰ ਇਹੀ ਮੈਂ ਮਤਲਬ ਉਹ ਉਹ ਚੀਜ਼ ਖੇਡ ਨੀਤੀ ਚ ਹੋਣੀ ਚਾਹੀਦੀ ਹੈ ਤੁਹਾਡੀ ਹੁਣ ਮੁਲਾਕਾਤ ਹੋਈ ਫਿਰ ਕਦੇ ਮੀਥੇਰ ਹੋਰਾਂ ਦੇ ਨਾਲ ਕਿਉਂਕਿ ਹਾਂਜੀ ਮੇਰੀ ਹਾਂਜੀ ਮੀਥੇਰ ਜੀ ਨਾਲ ਮੇਰੇ ਪਿੱਛੇ ਹੋਈ ਸੀ ਮੈਂ ਜੌਬ ਦੀ ਬਾਬਤ ਗਿਆ ਸੀਗਾ ਜੀ ਹਾਂਜੀ ਹਾਂਜੀ ਉਹਨਾਂ ਨਾਲ ਤੇ ਉਹਨਾਂ ਨੇ ਐਵੇਂ ਤੁਹਾਡੇ ਨਾਲ ਗੱਲ ਕੀਤੀ ਕਿ ਅਸੀਂ ਖੇਡ ਨੀਤੀ ਬਣਾ ਰਹੇ ਹਾਂ ਜਿਹੜੇ ਪਲੇਅਰਸ ਲੰਬੀ ਖੇਡੇ ਨੇ ਏਸ਼ੀਅਨ ਗੇਮਸ ਖੇਡੇ ਨੇ ਅਸੀਂ ਉਹਨਾਂ ਨਾਲ ਗੱਲ ਕਰੀਏ ਤਾਂ ਜੋ ਨਵੀਆਂ ਚੀਜ਼ਾਂ ਖੇਡ ਨੀਤੀ ਚ ਐਡ ਕੀਤੀਆਂ ਜਾ ਸਕਣ ਹਾਂ ਉਹ ਕਹਿ ਰਹੇ ਸੀ ਵੀ ਅਸੀਂ ਖੇਡ ਨੀਤੀ ਬਣਾ ਰਹੇ ਹਾਂ ਕਿ ਮੁੰਡਾ ਦਾ ਵੀ ਕੈਸ਼ਵਾਰਡ ਵੀ ਸ਼ਾਇਦ ਡਬਲ ਕਰ ਦੇਣ ਬਾਕੀ ਆਇ ਤੋ ਪਤਾ ਲੱਗੂ ਮੈ ਇਸ ਤੋਂ ਇਲਾਵਾ ਜੇਕਰ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਸਿੰਗਲ ਗੇਮਸ ਨੇ ਤੇ ਬੇਸ਼ੱਕ ਹੁਣ ਤਾਂ ਹਾਕੀ ਦੀ ਵੀ ਜੇਕਰ ਗੱਲ ਕਰੀਏ ਤਾਂ ਹਾਕੀ ਦੇ ਪਲੇਅਰਸ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਇਹ ਕਹਿੰਦੇ ਨੇ ਕਿ ਉਹ ਚੀਜ਼ ਨਹੀਂ ਰਹੀ ਹਾਕੀ ਦਾ ਪ੍ਰਦਰਸ਼ਨ ਵੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਸਿਨੈਰੀਓ ਬਣਿਆ ਹੋਇਆ ਐਜ਼ ਅ ਪਲੇਅਰ ਤੁਹਾਨੂੰ ਉਹ ਚੀਜ਼ ਕਿਵੇਂ ਇੰਪੈਕਟ ਕਰਦੀ ਹੈ ਕਿ ਤੁਸੀਂ ਆਪਣੇ ਵੱਲੋਂ ਤਾਂ ਟ੍ਰੇਨਿੰਗ ਕਰ ਹੀ ਰਹੇ ਹੋ ਬਟ ਤੁਹਾਡਾ ਆਲਾ ਦਵਾਲਾ ਤੁਹਾਡੇ ਆਲੇ ਦਵਾਲੇ ਰਹਿੰਦੇ ਲੋਕ ਤੁਹਾਡੇ ਗਵਰਨਮੈਂਟ ਜਿਹੜੀ ਹੈ ਉਹ ਕਿਸ ਤਰੀਕੇ ਤੁਹਾਨੂੰ ਇੱਕ ਵਧੀਆ ਤਰੀਕੇ ਹੈਲਪ ਰੇਡੀਓ ਕਰ ਸਕਦੀ ਹੈ ਇਹਦੇ ਵਿੱਚ ਇਦਾਂ ਜਿੱਦਾਂ ਆਪਾਂ ਹੁਣ ਮੰਨ ਲਓ ਹੁਣ ਹਾਕੀ ਵਾਲਿਆਂ ਨੇ ਮੈਡਲ ਲੈ ਲਿਆ ਹੈ 올림픽 ਸਿਲਵਰ ਮੈਡਲ ਕਿੰਨੇ ਟਾਈਮ ਬਾਅਦ ਆਇਆ ਆਪਣਾ ਨਹੀਂ ਉਹ ਉਹਨਾਂ ਨੂੰ ਹੁਣ ਬਹੁਤ ਸਪான்ਸਰ ਆਉਣ ਲੱਗੇ ਮਤਲਬ 올림픽 ਜਾਣ ਤੋਂ ਪਹਿਲਾਂ ਇੱਕ ਉੜੀਸਾ ਐਸੀ ਸਟੇਟ ਸੀ ਜਿਨ੍ਹਾਂ ਨੇ ਉਹਨਾਂ ਨੂੰ ਸਪான்ਸਰ ਕੀਤਾ ਜੀ ਔਰ ਕੋਈ ਸਪான்ਸਰ ਨਹੀਂ ਸੀ ਕਰ ਰਿਹਾ ਲੋਡ ਪਹਿਲਾਂ ਹੁੰਦੀ ਹੈ ਜੇ ਜਦੋਂ ਮੈਡਲ ਆ ਗਿਆ ਉਹਨਾਂ ਨੂੰ ਪਹਿਲੇ ਪੈਸਾ ਆ ਗਿਆ ਫਿਰ ਉਹ ਚੀਜ਼ ਆ ਜੀ ਜੀ ਤੇ ਸੈਂਟਰ ਗਵਰਨਮੈਂਟ ਦੇ ਵੱਲੋਂ ਚਾਹੇ ਤੁਸੀਂ 올림픽 ਦੇ ਵਿੱਚ ਗਏ ਜਾਂ ਫਿਰ ਉਸ ਤੋਂ ਬਾਅਦ ਏਸ਼ੀਅਨ ਗੇਮ ਦੇ ਵਿੱਚ ਗਏ ਵਰਲਡ ਚੈਂਪੀਅਨਸ਼ਿਪ ਵੀ ਹੈ ਸੈਂਟਰ ਗਵਰਨਮੈਂਟ ਦਾ ਜਿਹੜਾ ਰੋਲ ਹੈ ਉਹ ਕਿਸ ਤਰੀਕੇ ਵੇਖਦੇ ਉਹ ਸਾਈ ਬਹੁਤ ਵਧੀਆ ਆਪਣਾ ਰੋਲ ਪਲੇ ਕਰ ਰਹੀ ਹੈ ਜਿੱਦਾਂ ਜਿਹੜੇ ਐਕਸਟਰਾਔਰਡਨਰੀ ਪਰਫਾਰਮਿੰਗ ਕਰ ਰਹੇ ਨੇ ਉਹਨਾਂ ਨੂੰ ਟਾਪ ਸਕੀਮ ਆ ਪਰ ਮਹੀਨਾ 50000 ਰੁਪਏ ਦਿੰਦੇ ਨੇ ਜਿੱਥੇ ਟ੍ਰੇਨਿੰਗ ਬਾਹਰ ਕਰਨੀ ਚਾਹਣ ਉੱਥੇ ਜਾ ਸਕਦੇ ਨੇ ਮਤਲਬ ਇਹ ਸਾਈ ਦਾ ਇੱਕ ਬਹੁਤ ਵਧੀਆ ਚਲਾਈ ਹੋਈ ਹੈ ਸਕੀਮ ਟੌਪਸ ਦੀ ਹਾਂਜੀ ਤੇ ਇਸ ਤੋਂ ਬਾਅਦ ਮੈਂ ਵਾਪਸ 올림픽 ਤੇ ਆਉਣੀ ਆ ਕਿਉਂਕਿ 올림픽 2024 ਹੋਣੀਆਂ ਨੇ ਤੇ ਉਸ ਤੋਂ ਪਹਿਲਾਂ ਤੁਸੀਂ ਏਸ਼ੀਅਨ ਗੇਮਸ ਜਿਹੜੀਆਂ ਸਤੰਬਰ ਚ ਹੋਣੀਆਂ ਚਾਈਨਾ ਦੇ ਵਿੱਚ ਹਾਲਾਂਕਿ ਉਹ 1 ਸਾਲ ਬਾਅਦ ਹੋ ਰਹੀਆਂ ਨੇ ਕੋਵਿਡ ਕਰਕੇ ਡਿਲੇ ਹੋਇਆ ਸੀ ਤੇ ਉਹਨਾਂ ਦੋਨੇ ਕੰਪੀਟੀਸ਼ਨਸ ਦੇ ਲਈ ਹੁਣ ਫਿਰ ਜਿਹੜੀ ਅੱਗੇ ਦੀ ਤਿਆਰੀ ਹੈ ਉਹ ਕਿੱਥੇ ਤੇ ਕਿਵੇਂ ਕਰਨੀ ਹੈ ਉਹ ਹੁਣ ਅਸੀਂ ਪਹਿਲਾਂ ਤਾਂ ਜਾ ਰਹੇ ਹਾਂ ਏਸ਼ੀਅਨ ਚੈਂਪੀਅਨਸ਼ਿਪ 'ਈ ਜਿਹੜੀ ਪਟਾਇਆ ਦੇ ਵਿੱਚ ਹੋ ਰਹੀ ਹੈ ਜੀ ਤੇ ਉਸ ਤੋਂ ਬਾਅਦ ਆ ਕੇ ਪੈरिस ਜਾ ਰਹੇ ਹਾਂ ਅਸੀਂ ਵਰਲਡ ਚੈਂਪੀਅਨਸ਼ਿਪ ਵਾਸਤੇ 2 ਵੀਕ ਦਾ ਨਾ ਦਾ ਕੈਂਪ ਲੱਗਣਾ ਹੈ ਤੇ ਫਿਰ ਉਹ ਤੋਂ ਬਾਅਦ ਮੁੰਲਾ ਦਾ ਫਿਰ ਵਰਲਡ ਚੈਂਪੀਅਨਸ਼ਿਪ ਖੇਡ ਕੇ ਇੰਡੀਆ ਆਵਾਂਗੇ ਜੀ ਹਾਂ ਇੰਡੀਆ ਤੋਂ ਫਿਰ ਏਸ਼ੀਅਨ ਗੇਮ ਆਸ ਸੀ ਹਾਂ ਜੀ ਠੀਕ ਹੈ ਤੇ ਜਿਹੜੀ ਟੋਕੀਓ 올ੰਪਿਕ ਹੋਇਆ ਸੀ ਉਦੋਂ ਸ਼ਾਇਦ ਤੁਹਾਡੇ ਰਿਸਟ ਇੰਜਰੀ ਸੀਗੀ ਤੇ ਉਹ ਵਾਲਾ ਫਿਰ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਤੁਸੀਂ ਪਰਫਾਰਮ ਕੀਤਾ ਬਟ ਉਹ ਬੈਸਟ ਪਰਫਾਰਮੈਂਸ ਨਹੀਂ ਰਹੀ ਸ਼ਾਇਦ ਤੁਹਾਡੀ ਤੇ ਉਦੋਂ ਜਦੋਂ ਐਵੇਂ ਨਿਰਾਸ਼ਾ ਹੱਥ ਲੱਗਦੀ ਹੈ 올ੰਪਿਕ ਟਾਈਮ ਖਾਸ ਕਰਕੇ ਅਜਿਹਿਆਂ ਗੇਮਸ ਦੇ ਵਿੱਚ ਕੀ ਹੁਣ ਉਥੇ ਕਰੋ ਜਾਂ ਮਰਵਾਲੀ ਸਥਿਤੀ ਹੁੰਦੀ ਹੈ ਫਿਰ ਉਦੋਂ ਤੇਜਿੰਦਰ ਹੋਰੀ ਕੀ ਸੋਚਦੇ ਹੁੰਦੇ ਆ ਨਹੀਂ ਉਦੋਂ ਜਦੋਂ ਮੈਂ ਥਰੋ ਲਾ ਰਿਹਾ ਸੀ ਉਦੋਂ ਵੀ ਮੈਨੂੰ ਸੀਗਾ ਵੀ ਮੈਂ ਵਧੀਆ ਪਰਫਾਰਮ ਕਰੂੰਗਾ ਪਰ ਉਹਦੇ ਨਾਲ ਮੇਰੇ ਇੱਥੇ ਹੱਡੀ ਵਧੀ ਹੋਈ ਸੀ ਆ ਜਗ੍ਹਾ ਤੇ ਤੇ ਉਹ ਜਾਣ ਤੋਂ 10 ਦਿਨ ਪਹਿਲਾਂ ਮੇਰੇ ਪੇਨ ਹੋਣ ਲੱਗ ਗਈ ਜਦੋਂ ਮੈਂ ਇੱਥੇ ਸ਼ਾਰਟ ਪੁੱਟ ਰੱਖਦਾ ਸੀ ਨਾ ਇੱਥੇ ਉਹ ਦਰਦ ਹੁੰਦਾ ਸੀਗਾ ਤੇ ਉਹ ਜਦੋਂ ਕੁਆਲੀਫਾਈ ਮੈਂ ਰਾਉਂਡ ਖੇលਿਆ ਤੇ ਉਹ ਮੇਰੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਗੋਲਾ ਸਿੱਟਿਆ ਨਹੀਂ ਜਾ ਰਿਹਾ ਸੀਗਾ ਜੀ ਮੈਂ ਐਫਰਟ ਪੂਰੀ ਕਰ ਰਿਹਾ ਸੀ ਵੀ ਮੈਂ ਤਰੋ ਲਾਵਾਂ ਪਰ ਉਹ ਜਿੰਨਾ ਚਿਰ ਥੋੜੀ ਬਾਡੀ 'ਚ ਕੋਈ ਪੇਨ ਨਹੀਂ ਹੈਗੀ ਤੁਸੀਂ ਉਹਨਾਂ ਟਾਈਮ ਤੁਸੀਂ 100% ਆਪਦਾ ਨਹੀਂ ਦੇ ਪਾਉਂਦੇ ਤੇ ਉਹ ਮੈਨੂੰ ਉਦੋਂ ਮੇਰਾ ਇਹੀ ਟਾਰਗੇਟ ਸੀਗਾ ਵੀ ਮੈਂ ਬੈਸਟ ਸ਼ੇਡ ਦੇ ਵਿੱਚ ਰਹਿਣਾ ਹੈ ਮਤਲਬ ਵੀ ਬੈਸਟੇਟ ਚ ਆਉਣਾ ਹੀ ਆਉਣਾ ਕਿਉਂਕਿ ਬੈਸਟੇਟ ਦੇ ਵਿੱਚ ਆਉਣਾ ਹੀ ਇੱਕ ਲੰਪੀ ਦੇ ਵਿੱਚ ਬਹੁਤ ਵੱਡੀ ਉਪਲਬਧੀ ਹੁੰਦੀ ਹੈ ਕਿਉਂਕਿ ਆਲਰੇਡੀ 23 ਮੀਟਰ 22.5 ਮੀਟਰ ਥਰੋਆਂ ਲੱਗ ਰਹੀਆਂ ਸੀ ਉਦੋਂ ਜਿਵੇਂ ਰਿਆਨ ਕਰੂਜ਼ਰ ਹੋ ਗਿਆ ਜਾਂ ਯੂਐਸਏ ਦੇ ਹੋਰ ਥਰੋਅਰ ਹੋ ਗਿਆ ਨਾ ਪਰ ਉਦੋਂ ਇਹ ਚੀਜ਼ ਮੈਨੂੰ ਬੜਾ ਪਿੱਛੇ ਲੈ ਕੇ ਆਈ ਆ ਕੇ ਮੈਨੂੰ ਸਰਜਰੀ ਕਰਾਉਣੀ ਪਈ ਫਿਰ ਪਿਛਲੇ ਸਾਲ ਅੰਗਰੀਆ ਕੌਨਲਥ ਗੇਮਸ ਵੀ ਇਦਾਂ ਚਲੇ ਗਏ ਉਹਦੇ ਵਿੱਚ ਵੀ ਮਤਲਬ ਮੈਨੂੰ ਸੀ ਵੀ ਮੈਡਲ ਮੈਂ 20 2052 ਦੇ ਗਿਆ ਸੀਗਾ ਤੇ ਮੈਂ ਅੱਛਾ ਕਰ ਰਿਹਾ ਸੀ ਪਰ ਜਦੋਂ ਯੂਐਸਏ ਗਿਆ ਮੈਂ वर्ल्ड ਚੈਂਪਸ਼ਿਪ ਉਦੋਂ ਹੀ ਮੇਰਾ ਗਰੋਇਨ ਮਸਲ ਖਿੱਚ ਗਿਆ ਤੇ ਉਹਦੇ ਕਰਕੇ ਮੈਨੂੰ ਫਿਰ ਕੌਨ ਮਲਥ ਗੇਮਾਂ ਵੀ ਛੱਡਣੀਆਂ ਪਈਆਂ ਇਹ ਇਹ ਜਦੋਂ ਐਵੇਂ ਦੀ ਇੰਜਰੀਜ਼ ਹੁੰਦੀਆਂ ਨੇ ਫਿਰ ਉਦੋਂ ਕਦੇ ਐਵੇਂ ਨਹੀਂ ਲੱਗਿਆ ਕਿ ਨਹੀਂ ਇਹ ਛੱਡ ਦਿੰਦੇ ਆ ਕੁਝ ਹੋਰ ਕਰ ਲਈਏ ਇਹ ਐਕਚੁਅਲ ਪਤਾ ਨਹੀਂ ਲੱਗਦਾ ਜੀ ਸਟੇਨ ਮਸਲ ਕਦੋਂ ਆ ਜਾਂਦਾ ਜੀ ਹੁਣ ਆਪਾਂ ਹਰ ਤਰ੍ਹਾਂ ਦੀ ਟ੍ਰੇਨਿੰਗ ਕਰਦੇ ਆ ਹਰ ਮਸਲ ਨੂੰ ਟ੍ਰੇਨ ਕਰਦੇ ਆ ਇਹ ਪਤਾ ਹੀ ਨਹੀਂ ਲੱਗਦਾ ਹੁਣ ਨੀਰੇ ਚੋਪੜਾ ਦੇ ਉਹਦੀ ਵੀ ਨਹੀਂ ਚੱਲਦੀ ਸੀ ਜੀ ਉਦੋਂ ਫਿਰ ਉਹਨੇ ਵੀ ਕਾਉਨ ਵੈਲਥ ਉਹ ਛੱਡਤੀ ਸੀਗੀ ਸੇਮ ਪ੍ਰੋਬਲਮ ਆਈ ਉਹਨਾਂ ਦੇ ਏ ਉਹ ਇਹ ਜਜ਼ਬਾ ਹੀ ਮੈਂ ਪੁੱਛ ਰਹੀ ਆ ਵੀ ਇਹ ਜਜ਼ਬਾ ਕੀ ਹੈ ਕਿ ਤੁਸੀਂ ਤੁਹਾਡੇ ਜਦੋਂ ਕੋਈ ਦਰਦ ਹੁੰਦਾ ਨਾ ਤੁਸੀਂ ਕਹਿ ਦਿੰਦੇ ਹੋ ਕਿ ਨਹੀਂ ਅੱਜ ਮੈਂ ਇਹ ਕੰਮ ਨਹੀਂ ਕਰਨਾ ਕੋਈ ਨਹੀਂ ਮੇਰੇ ਦਰਦ ਹੋ ਰਿਹਾ ਹੈ ਨਾ ਬਟ ਤੁਸੀਂ ਪਲੇਅਰਸ ਜਿਹੜੇ ਮਤਲਬ ਕਿ ਉਹ ਆਪਣੇ ਆਪ ਨੂੰ ਹਰ ਟਾਈਮ ਮੋਟੀਵੇਟਰ ਰੱਖਣਾ ਵੀ ਜੇ ਕੋਈ ਗੱਲ ਨਹੀਂ ਜੇ ਸੱਟ ਵੀ ਲੱਗ ਗਈ ਤਾਂ ਅਗਲੀ ਵਾਰ ਫੇਰ ਟਰਾਈ ਕਰਨਾ ਫੇਰ ਟਰਾਈ ਕਰਨਾ ਹੈ ਨਾ ਉਹ ਜਜ਼ਬਾ ਫੇਰ ਕਿਵੇਂ ਅੰਦਰ ਆਪਣੇ ਆਪ ਜਿਹੜਾ ਉਹ ਪੈਦਾ ਹੁੰਦਾ ਹੈ ਉਹ ਮਤਲਬ ਇੱਕ ਕੋਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਚੀਜ਼ ਵਿੱਚ ਮਤਲਬ ਵੀ ਤੁਹਾਡੇ ਹੁਣ ਲੋਅਰ ਦੇ ਵਿੱਚ ਕੋਈ ਪ੍ਰੋਬਲਮ ਆ ਉਹ ਉੱਪਰ ਦੀ ਐਕਸੈਸਾਂੀਆਂ ਕਰਵਾ ਕੇ ਬੋਡੀ ਮੈਂਟੇਨ ਰੱਖਣੀ ਵੀ ਤੁਹਾਨੂੰ ਪੋਜ਼ਿਟਿਵ ਥਾਟ ਦੇਨੇ ਵੀ ਨਹੀਂ ਆਪਾਂ ਵਧੀਆ ਕਰ ਸਕਦੇ ਉਹ ਚੀਜ਼ਾਂ ਬਹੁਤ ਕਾਊਂਟ ਕਰਦੀਆਂ ਹਨ ਹਾਂਜੀ ਹਾਂਜੀ ਵੀ ਤੁਹਾਡੇ ਨਾਲ ਪ੍ਰੋਡਕਟ ਟੀਮ ਵਰਕ ਤੁਹਾਡੀ ਟੀਮ ਕਿੱਦਾਂ ਦੀ ਹੈ ਜਦੋਂ ਕਦੇ ਲੋ ਫੀਲ ਕਰਦੇ ਹੋ ਤਾਂ ਫਿਰ ਉਦੋਂ ਆਪਣੇ ਆਪ ਨੂੰ ਪੋਜ਼ਿਟਿਵ ਕਰਨ ਲਈ ਮੋਟੀਵੇਟ ਕਰਨ ਲਈ ਕੀ ਕਰਦੇ ਹੋ ਹੁਣ ਮੈਂ ਪਿੱਛੇ ਜੇ ਥਰੋਆਂ ਲਾਈਆਂ ਸੀ ਆਹ ਜਿਹੜਾ ਲਾਸਟ ਫਰਾਈਡੇ ਗਿਆ ਜੀ ਹਾਲਾਂਕਿ ਥਰੋ ਮੇ ਵਧੀਆ ਲਾਈ 22 ਮੀਟਰ ਨੇੜੇ ਲਾਈ ਪਰ ਮੈਂ ਉਹਦੇ ਉਦਾਸ ਸੀ ਵੀ ਮੇਰਾ ਟੈਕਨੀਕਲ ਥਰੋ ਨਹੀਂ ਸੀ ਜਾ ਰਹੀ ਫਿਰ ਕੋਚ ਸਾਹਿਬ ਨੇ ਮੈਨੂੰ ਸਮਝਾਇਆ ਵੀ ਆਪਾਂ ਕਿਹੜੇ ਫੇਸ 'ਚ ਫਿਰ ਰਹੇ ਆਲੇ ਆਪਾਂ ਉਹ ਫੇਸ ਦੇ ਵਿੱਚ ਵੀ ਆਪਾਂ ਥਰੋ ਵਧੀਆ ਲਾ ਰਹੇ ਆ ਫਿਰ ਉਹ ਕਈ ਵਾਰ ਥੋੜੇ ਨਾ ਵੀ ਕਲਿੱਕ ਕਰ ਜਾਂਦੀ ਲਾਈਨ ਵੀ ਹਾਂ ਵੀ ਕੋਚ ਸਾਹਿਬ ਗੱਲ ਸਹੀ ਕਹਿ ਰਹੇ ਨੇ ਉਹ ਚੀਜ਼ ਤੋਂ ਫਿਰ ਪੋਜ਼ਿਟਿਵਿਟੀ ਆਉਂਦੀ ਹੈ ਲੋਕਾ ਕੋਚ ਦਾ ਆਫ ਕੋਰਸ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੁੰਦਾ ਕਿ ਕੋਚ ਕੋਚਿੰਗ ਦਾ ਮਤਲਬ ਇਹ ਨਹੀਂ ਕਿ ਸਿਰਫ ਟ੍ਰੇਨਿੰਗ ਹੈ ਕੋਚ ਨੇ ਉਹਦੇ 24 ਆਵਰਸ ਉਹਦੇ ਹਰੇਕ ਚੀਜ਼ ਹਰੇਕ ਫੈਕਟਰ ਨੂੰ ਉਹ ਉਹਨਾਂ ਨੇ ਦੇਖਣਾ ਉਸ ਨੂੰ ਸਪੋਰਟ ਕਰਨਾ ਪਲਾਨ ਕਰਨਾ ਜਿਵੇਂ ਹੁਣ ਜਤਿੰਦਰ ਨੇ ਗੱਲ ਕੀਤੀ ਕਿ ਮੇਰੇ ਫਰਾਈਡੇ ਸੈਸ਼ਨ ਨਹੀਂ ਉਹਨੂੰ ਸੈਟੀਸਫੈਕਸ਼ਨ ਸੀ ਤਾਂ ਉਹਦਾ ਕੋਈ ਕਾਰਨ ਜਿਹੜਾ ਸੀ ਉਹ ਅਸੀਂ ਡਿਸਕਸ ਕੀਤਾ ਤੇ ਉਹਨੂੰ ਫਿਰ ਉਸ ਦੇ ਉੱਤੇ ਸੈਟੀਸਫੈਕਸ਼ਨ ਮਿਲੇ ਸੋ ਇਹ ਜਿਹੜੇ ਟ੍ਰੇਨਿੰਗ ਆਇਆ ਟ੍ਰੇਨਿੰਗ ਜਿੰਨੇ ਟਾਈਮ 2-3 ਘੰਟੇ ਕਰਾਈ ਉਹੀ ਉਹ ਉਸੇ ਦੇ ਵਿੱਚ ਰੋਲ ਹੈ ਕੋਚ ਦਾ ਕੋਚ ਦਾ 24 ਘੰਟੇ ਉਹਨਾਂ ਹਰੇਕ ਚੀਜ਼ ਦੇ ਉੱਤੇ ਧਿਆਨ ਰੱਖਣਾ ਉਸ ਚੀਜ਼ ਨੂੰ ਰੈਗੂਲੇਟ ਕਰਨਾ ਉਸ ਨੂੰ ਕੰਟਰੋਲ ਵੀ ਕਰਨਾ ਪ੍ਰੋਪਰ ਡਾਇਰੈਕਸ਼ਨ ਦੇਣੀ ਐ ਸੋ ਕੋਚਿੰਗ ਇੱਕ ਸਿਰਫ ਟ੍ਰੇਨਿੰਗ ਨਹੀਂ ਇੱਕ ਬਹੁਤ ਵੱਡਾ ਏਰੀਆ ਹੈ ਇਹਦੇ ਵਿੱਚ ਕਈ ਪੱਖ ਆ ਜਾਂਦੇ ਨੇ ਟ੍ਰੇਨਿੰਗ ਸੈਸ਼ਨ ਕਿੰਨਾ ਕੁ ਹਾਰਡ ਹੁੰਦਾ ਸਵੇਰੇ ਕਿੰਨੇ ਵਜੇ ਉੱਠਦੇ ਹਾਂ ਤੇ ਕਿੰਨਾ ਟਾਈਮ ਟ੍ਰੇਨਿੰਗ ਚੱਲਦੀ ਹੈ ਹੁਣ ਅਹ ਟ੍ਰੇਨਿੰਗ ਸਵੇਰੇ 7:30 'ਤੇ ਚੱਲ ਪੈਂਦੀ ਹੈ ਜੀ 7:30 ਤੋਂ 10 10:30 ਹੋ ਜਾਂਦੇ ਨੇ ਫਿਰ ਈਵਨਿੰਗ ਸੈਸ਼ਨ ਚੱਲ ਪੈਂਦਾ ਜੀ 4:15 4:00 6 ਵਜੇ 8:30 ਵਜੇ ਤੱਕ ਈਵਨਿੰਗ ਦਾ ਹੁੰਦਾ ਹੈ ਹਾਂਜੀ ਜੀ ਮੈਂ ਦੇਖ ਰਹੀ ਸੀ ਤੁਸੀਂ ਟੈਟੂ ਬੜੇ ਬਣਾਏ ਹੋਏ ਆ ਤੇ ਖਾਸ ਕਰਕੇ ਤੁਹਾਡੀ ਬਾਹ ਵਾਲਾ ਟੈਟੂ ਬੜਾ ਫੇਮਸ ਹੈ ਕਿ ਤੁਸੀਂ ਹਰੀ ਸਿੰਘ ਨਲਵਾ ਹਾਂ ਜੀ ਇਹ ਇਹ ਚੀਜ਼ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਦੱਸਿਓ ਕਿ ਇਹ ਅਟੈਚਮੈਂਟ ਜਿਹੜੀ ਹੈ ਕਿਉਂਕਿ ਹਰੀ ਸਿੰਘ ਨਲਵਾ ਦਾ ਟੈਟੂ ਬਣਵਾਉਣਾ ਵੀ ਇੱਕ ਵੱਖਰੀ ਚੀਜ਼ ਹੈ ਔਰ ਉਹ ਤੁਸੀਂ ਉਹਨੂੰ ਰਿਪਰੈਜ਼ੈਂਟ ਕਰਦੇ ਹੋ ਫਿਰ ਜਾ ਕੇ ਜਦੋਂ 올림픽 ਜਾਂ ਏਸ਼ੀਅਨ ਗੇਮਸ ਤੇ ਪਰਫਾਰਮ ਕਰਦੇ ਹੋ ਇਹ ਜਿੱਦਾਂ ਮੈਂ ਆਪਦੇ ਆਪ ਨੂੰ ਵੀ ਮੋਟੀਵੇਟ ਕਰਨ ਵਾਸਤੇ ਬਣਾਇਆ ਸੀਗਾ ਵੀ ਜਿੱਦਾਂ ਹੁਣ ਆਪਾਂ ਹਰੀ ਸਿੰਘ ਨਲੂਆ ਨੇ ਅਫਗਾਨ ਫਤਿਹ ਕੀਤਾ ਯੂਐਸਏ ਕਿੰਨਾ ਟਾਈਮ ਉੱਥੇ ਲੜਦਾ ਰਿਹਾ ਕਿੰਨਾ ਪੈਸਾ ਵੇਸਟ ਕੀਤਾ ਹਾਰ ਕਿਉਂ ਚਲੇ ਗਏ ਤੇ ਵੀ ਆਪਾਂ ਇਹਨਾਂ ਦਾ ਇਹਨਾਂ ਦਾ ਖੂਨ ਆ ਅੱਗੇ ਦੇ ਅੱਗੇ ਹਨਾ ਇਹ ਕੌਮ ਚੋਂ ਆਉਣੇ ਆ ਆਪਾਂ ਵੀ ਆਪਾਂ ਜੇ ਉਹ 23 ਮੀਟਰ ਮਾਰਦੇ ਆਪਾਂ ਕਿਉਂ ਨਹੀਂ ਮਾਰ ਸਕਦੇ ਇਹ ਚੀਜ਼ ਮਤਲਬ ਕਿਤੇ ਨਾ ਕਿਤੇ ਵੀ ਦਿਮਾਗ ਨੂੰ ਹਿੱਟ ਕਰਦੀ ਆ ਜੀ ਤੁਸੀਂ ਇਹ ਚੀਜ਼ਾਂ ਫਿਰ ਪੜ੍ਹਦੇ ਵੀ ਹੋ ਬੁੱਕਸ ਵਗੈਰਾ ਰੀਡ ਕਰਦੇ ਹੋ ਜਾਂ ਇਤਿਹਾਸ ਨਾਲ ਜੁੜੇ ਨਹੀਂ ਮੈਂ ਜਿੱਦਾਂ ਬੁੱਕਸ ਨਹੀਂ ਰੀਡ ਕਰਦਾ ਜਿੱਦਾਂ ਡਾਕੂਮੈਂਟਰੀ ਆਉਂਦੀ ਆ ਕੋਈ ਵੀ YouTube ਤੇ ਪੜ੍ਹਨ ਨਾਲੋਂ ਮੈਨੂੰ ਸੁਣਨਾ ਠੀਕ ਲੱਗਦਾ ਜੀ ਪੜ੍ਹਦੇ ਤਾਂ ਤੁਸੀਂ ਸ਼ੁਰੂ ਤੋਂ ਹੀ ਨਹੀਂ ਇਹ ਤਾਂ ਤੁਸੀਂ ਦੱਸਿਆ ਤੇ ਫਿਰ ਜਦੋਂ ਫ੍ਰੀ ਟਾਈਮ ਹੁੰਦਾ ਹੈ ਉਦੋਂ ਫਿਰ ਕੀ ਕਰਦੇ ਹੋ ਕੀ ਕਰਨਾ ਪਸੰਦ ਕਰਦੇ ਹੋ ਜਿੱਦਾਂ YouTube ਚਲਾ ਲਈ ਜਾਂ ਕੋਈ Netflix ਤੇ ਕੋਈ ਮੂਵੀ ਦੇਖ ਲਈ ਬਸ ਤੇ ਫਿਰ ਆਪਣਾ ਰੋਲ ਮਾਡਲ ਕਿ ਨੂੰ ਮੰਨਦੇ ਹੋ ਜਿਹਨੂੰ ਦੇਖ ਕੇ ਤਰਿੰਦਰਪਾਲ ਹਰ ਰੋਜ਼ ਇਹ ਸੋਚਦੇ ਆ ਕਿ ਨਹੀਂ ਅੱਗੇ 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 ਜਾਣਾ ਰੋਲ ਮਾਡਲ ਦਾ ਮੇਰੀ ਦਾਦੀ ਮਾ ਦੇ ਵਿੱਚ ਡੈਡੀ ਜੀ ਆਈ ਮਤਲਬ ਉਹ ਇਨੀ ਛੋਟੀ ਉਮਰ ਚ ਦਾਦਾ ਜੀ ਚਲੇ ਗਏ ਵੀ ਉਹ ਡੈਡੀ 13 14 ਸਾਲ ਦੇ ਸੀਗੇ ਵੀ ਕਿਵੇਂ ਕਰਕੇ ਕਰਨ ਨੂੰ ਇੱਥੇ ਤੱਕ ਲੈ ਕੇ ਆਏ ਕਿੰਨੀਆਂ ਮੁਸ਼ਕਲਾਂ ਆਈਆਂ ਹਾਂ ਜੀ ਏ ਵੀ ਇੱਕ ਵਾਰ ਅਸੀਂ ਸੁਣਿਆ ਕਿ ਤੁਹਾਡੇ ਟ੍ਰੇਨਿੰਗ ਲਈ ਮੱਜਾਂ ਤੱਕ ਵੇਚਣੀਆਂ ਪਈਆਂ ਸੀ ਨੂੰ ਲੱਗਦਾ ਨਾ ਉਹ ਕਿਸੇ ਨੇ ਗਲਤ ਕਰਤਾ ਸੀਗਾ ਉਹ ਐਕਚੁਅਲੀ ਇਦਾਂ ਨਹੀਂ ਹੋਇਆ ਸੀਗਾ ਜੀ ਉਹ 2000 ਡੈਡੀ ਨੂੰ ਪਹਿਲਾਂ 13 14 ਦੇ ਵਿੱਚ ਕੈਂਸਰ ਡਿਟੈਕਟ ਹੋਇਆ ਸੀਗਾ ਜੀ ਹਾਂਜੀ ਤੇ ਉਦੋਂ ਹੀ ਮੇਰੇ ਸਿਸਟਰ ਦੀ ਇੰਗੇਜਮੈਂਟ ਸੀਗੀ ਤੇ ਉਹ ਜਿੰਨੀ ਸੇਵਿੰਗ ਸੀ ਸਾਰੀ ਉਧਰ ਲੱਗ ਗਈ ਇੰਗੇਜਮੈਂਟ ਵਗੈਰਾ ਤੇ ਹਨਾ ਕਿਉਂਕਿ ਆਪਾਂ ਸਧਾਰਨ ਪਰਿਵਾਰਾਂ ਚੋਂ ਆਉਣੇ ਆ ਤੇ ਫਿਰ ਮੇਰਿਆਂ ਵੀ ਗੇਮ ਦਾ ਖਰਚਾ ਸੀਗਾ ਫਿਰ ਸਿਸਟਰ ਦੀ ਮੈਰਿਜ ਕਰਨੀ ਸੀਗੀ ਉਦੋਂ ਡੇਡ ਕਿਲਾ ਸਾਨੂੰ ਵੇਚਣਾ ਪਿਆ ਡੈਡੀ ਦਾ ਟਰੀਟਮੈਂਟ ਵੀ ਉਦੋਂ ਚੱਲ ਰਿਹਾ ਸੀਗਾ ਹਾਂ ਉਹ ਤੋਂ ਬਾਅਦ ਫਿਰ ਮੈਂ ਨੀਵੀ ਚ 2016 ਚ ਹੋਇਆ ਸੀ ਫਿਰ ਸਾਰਾ ਟਰੀਟਮੈਂਟ ਨੀਵੀ ਲੋ ਹੋ ਗਿਆ ਸੀ ਜੀ ਫਾਦਰ ਸਾਹਿਬ ਥੋੜਾ 2018 ਵਾਲਾ ਉਹ ਨਿਊਜ਼ ਸੁਣ ਕੇ ਗਏ ਹਾਂਜੀ ਜਿੱਦੇ ਮੈਂ ਜਿੱਦੇ ਮੈਡਲ ਆਇਆ ਉਹ ਤੋਂ ਦੋ ਉਦੋਂ ਇੱਕ ਦੋ ਦਿਨ ਬਾਅਦ ਉਹ ਐਡਮਿਟ ਹੋ ਗਏ ਪੰਜ ਕੋਲਾ ਕਮਾਂਡ ਹਸਪੀਟਲ ਤੇ ਉਦੋਂ ਇੱਕ ਦੋ ਦਿਨਾਂ ਬਾਅਦ ਹੀ ਫਿਰ ਮੈਂ ਡੈਥ ਉਦੋਂ ਫਾਦਰ ਸਾਹਿਬ ਨੇ ਜਦੋਂ ਮੈਂ ਦਿੱਲੀ ਲੈਂਡ ਕੀਤਾ ਮੈਨੂੰ ਮੈਨੂੰ ਪਤਾ ਨਹੀਂ ਸੀਗਾ ਵੀ ਐਂ ਕਰਕੇ ਹੋ ਚੁੱਕਿਆ ਵਾ ਤੇ ਉਹ ਮੈਨੂੰ ਉਹ ਮੈਨੂੰ ਜਿਹੜੇ ਨੇਵੀ ਆਲੇ ਸਾਡੇ ਆਫੀਸਰ ਹੋ ਗਏ ਨੇ ਵੀ ਤੂੰ ਛੇਤੀ ਜਾ ਇੱਥੋਂ ਮੈਂ ਉਦੋਂ ਸੀਗਾ ਵੀ ਦਿੱਲੀ ਰੋਕੇ ਵੀ ਮੈਂ ਰੈਸਟ ਕਰਕੇ ਜਾਊਂਗਾ ਤੇ ਉਹਨਾਂ ਸਾਰਿਆਂ ਨੂੰ ਪਤਾ ਸੀ ਵੀ ਇਹ ਕੰਮ ਹੋ ਚੁੱਕਿਆ ਫਿਰ ਜੋ ਦਿੱਲੀ ਨਿਕਲਦੇ ਨਿਕਲਦੇ ਫਿਰ ਮੈਨੂੰ ਪਤਾ ਲੱਗਿਆ ਫੋਨ ਤੇ ਦੱਸਿਆ ਕਰਦੇ ਨੇ ਵੀ ਆਹ ਕੰਮ ਹੋ ਗਿਆ ਜੇ ਜਦੋਂ ਫਾਦਰ ਸਾਹਿਬ ਨੂੰ ਤੁਸੀਂ ਪਹਿਲਾਂ ਦੱਸ ਚੁੱਕੇ ਸੀਗੇ ਵੀ 골ਡ ਆ ਗਿਆ ਉਦੋਂ ਫਾਦਰ ਸਾਹਿਬ ਦਾ ਰਿਐਕਸ਼ਨ ਕੀ ਸੀ ਉਹ ਐਕਚੁਅਲ ਚਾ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਸੀ ਆ ਉਹ ਕੈਂਸਰ ਮਤਲਬ ਉਹਨਾਂ ਦਾ ਦਿਮਾਗ ਤੱਕ ਚਲਾ ਗਿਆ ਆਵਾਜ਼ ਨਹੀਂ ਨਿਕਲਦੀ ਸੀਗੀ ਹਾਂ ਉਹ ਮਤਲਬ ਟੀਵੀ ਵੀ ਕਰਦਿਆ ਨੇ ਮਤਲਬ ਫੜ ਕੇ ਦੋਵੇਂ ਸਾਈਡ ਬਿਠਾ ਕੇ ਵੀਰ ਦਿਖਾਇਆ ਸੀਗਾ ਜੀ ਉਹ ਮੰਮੀ ਦੱਸਦੇ ਹੁੰਦੇ ਵੀ ਬੜਾ ਜਦੋਂ ਮੇਰੀ ਥਰੋ ਲੱਗੀ ਤਾੜੀਆਂ ਮਾਰੀਆਂ ਉਹਨਾਂ ਨੇ ਉਹਨਾਂ ਨੂੰ ਸੁਪਨਾ ਸੀਗਾ ਵੀ ਮੈਂ ਆਪਣਾ ਸ਼ਾਰਟ ਪੁੱਟ ਕਰਾਂ ਹਾਂਜੀ ਤੇ ਚਲੋ ਜਾਂਦੇ ਜਾਂਦੇ ਨੈਸ਼ਨਲ ਰਿਕਾਰਡ ਵੀ ਦੇ ਕੇ ਮੈਡਲ ਮੈਂ ਤਾਂ ਰੱਬ ਇਹੀ ਵੀ ਰੱਬ ਦਾ ਸ਼ੁਕਰਾਨਾ ਕਰਦਾ ਵੀ ਚਲੋ ਤਿੰਨ ਦਿਨ ਦੀ ਜਿਹੜੀ ਜ਼ਿੰਦਗੀ ਉਹਨਾਂ ਨੂੰ ਦਿੱਤੀ ਆ ਉਹਨਾਂ ਨੇ ਮੈਨੂੰ ਗੇਮ 'ਚ ਪਾਇਆ ਉਹ ਸਾਰਾ ਕੁਝ ਦੇ ਕੇ ਜਾਂਦੇ ਆ ਦੇਖੇ ਗਏ ਉਹ ਆਪਣਾ ਸੁਪਨਾ ਪੂਰਾ ਕਰਕੇ ਹਾਂਜੀ ਬਿਲਕੁਲ ਜੀ ਜੀ ਤੇਜਿੰਦਰ ਨੂੰ ਅਸੀਂ ਬਹੁਤ ਮਦਦ ਕਰਦੇ ਸੀਗੇ ਵੀ ਸਾਡਾ ਬੱਚਾ ਗੇਮ ਕੰਨੀ ਤਾਂ ਹੋ ਗਿਆ ਗੋਲਾ ਸਿੱਟਣ ਕੰਨੀ ਆਇਆ ਨਾ ਉਹ ਬੇਬੇ ਵਿਚਾਰਾ ਕਿਸੇ ਖਰਚੇ ਕੰਨੂ ਜਾਂ ਕਿਸੇ ਪੈਸੇ ਕੰਨੂ ਇਹਨੂੰ ਕੋਈ ਤੰਗੀ ਪੇਸ਼ੀ ਆਵੇ ਅਸੀਂ ਆਪ ਕਰੇ ਬਹੁਤ ਘੱਟ ਖਰਚਾ ਕਰਦੇ ਸੀ ਪਰ ਤੇ ਜਿੰਦਰ ਦੀ ਲੋੜ ਪੂਰੀ ਕਰਦੇ ਸੀ ਜੋ ਵੀ ਪੈਲੀ ਦਾ ਠੇਕਾ ਮਾਵਲਾ ਆਉਂਦਾ ਸੀ ਇਹਨਾਂ ਤੇ ਖਰਚਾ ਕਰੀ ਜਾਂਦੇ ਸੀ ਹਾਂਜੀ ਅਸੀਂ ਦੇਖਦੇ ਹਾਂ ਸਾਰੇ ਮੈਚ ਦੇਖਦੇ ਹਾਂ ਨਹੀਂ ਅਸੀਂ ਦੋਨੇ ਮੈਚ ਸੰਦੀਪ ਐ ਇੱਕ ਦੂਜੇ ਨੂੰ ਫੋਨ ਕਰ ਕਰਕੇ ਪੁੱਛਦੇ ਹਾਂ ਵੀ ਕਿਵੇਂ ਹੋਇਆ ਮੈਚ ਕਿਵੇਂ ਹੋਇਆ ਉਦੋਂ ਫਿਰ ਇਹਨਾਂ ਦੇ ਫਾਦਰ ਸਾਹਿਬ ਦੀ ਵੀ ਯਾਦ ਆਉਂਦੀ ਆ ਵੀ ਜੇ ਅੱਜ ਉਹ ਹੁੰਦੇ ਤਾਂ ਬਹੁਤ ਖੁਸ਼ ਹੁੰਦੇ ਤੇ ਫਿਰ ਅਸੀਂ ਈਮੋਸ਼ਨਲ ਵੀ ਬਹੁਤ ਹੁੰਨੇ ਆ ਸੰਦੀਪ ਵੀ ਬਹੁਤ ਈਮੋਸ਼ਨਲ ਹੁੰਦੇ ਮੈਂ ਵੀ ਦੋਨੇ ਬਹੁਤ ਮੋਸ਼ਨਲ ਹੋ ਜਾਣੇ ਇੱਕ ਦੂਜੇ ਕੋਲ ਤੇ ਹੁਣ ਅੱਗੇ ਫਿਰ ਤੁਹਾਡੇ ਤੁਹਾਡਾ ਸੁਪਨਾ ਕੀ ਹੈ ਤੇਜਿੰਦਰਪਾਲ ਆਪਣੇ ਆਪ ਨੂੰ ਕਿੱਥੇ ਦੇਖਦੇ ਨੇ ਮਤਲਬ ਹੁਣ ਜਿਹੜੀ ਵਰਲਡ ਚੈਂਪੀਅਨਸ਼ਿਪ ਆ ਰਹੀ ਹੈ ਸਾਡਾ ਇਹੀ ਟਾਰਗੇਟ ਆ ਵੀ 22 ਕ੍ਰੋਸ ਕਰੀਏ ਸੀ ਵੀ 22 ਚਾਲੀ ਜਾਵੇ ਵੀ 30 ਜਾਵੇ ਜਿੰਨੀ ਵੀ ਜਾਵੇ ਮਤਲਬ 22 ਮੀਟਰ ਦਾ ਬੈਰੀਅਰ ਕ੍ਰੋਸ ਕਰੀਏ ਤਾਂ ਜੋ ਜਿਹੜੇ ਪਿੱਛੇ ਜੂਨੀਅਰ ਬੱਚੇ ਆ ਰਹੇ ਆ ਉਹਨਾਂ ਨੂੰ ਉਹਨਾਂ ਦੀ ਵੀ ਸੋਚ ਬੋਦੇ ਜਿੱਦਾਂ ਹੁਣ ਨੀਰੇਜ ਦਾ 골ਡ ਮੈਡਲ ਆਇਆ ਉਹ ਉਹ ਜੈਵਲਨ ਨੂੰ 90 ਮੀਟਰ ਤੇ ਲੈ ਕੇ ਗਏ ਹੁਣ ਤੁਸੀਂ ਜੈਵਲਨ ਇੰਡੀਆ ਦੇ ਵਿੱਚ ਤੁਸੀਂ ਦੇਖੋਗੇ 5 6 ਬੰਦੇ 80 ਮੀਟਰ ਦੇ ਉੱਪਰ ਵਾਲੇ ਨੇ ਦੋ ਮੁੰਡੇ ਤਾਂ ਇਦਾਂ ਦੇ ਨੇ ਜਿਹੜੇ 83 84 ਲਾ ਰਹੇ ਨੇ ਹਾਂਜੀ ਹਾਂਜੀ ਇਹ ਬਹੁਤ ਜ਼ਿਆਦਾ ਟਫ ਹੈ ਕਿਉਂਕਿ ਅਸੀਂ ਸਿਰਫ ਕਹਿ ਸਕਦੇ ਆ ਪਰ ਹੱਥ 'ਚ 7.26 ਕਿਲੋ ਦਾ ਗੋਲਾ ਫੜ ਕੇ ਉਹਨੂੰ ਸੁੱਟਣਾ ਥਰੋ ਕਰਨਾ ਹੈ ਕੋਈ ਛੋਟੀ ਗੱਲ ਨਹੀਂ ਹੈ ਇਹ ਮਤਲਬ ਉਹਦੇ ਵਾਸਤੇ ਬਹੁਤ ਚੀਜ਼ਾਂ ਹੋ ਜਾਂਦੀਆਂ ਜਿਵੇਂ ਹੁਣ ਮੇਰਾ ਬਾਡੀ weight ਮਤਲਬ 145 145 ਹੋਣਾ ਹੈ ਤੇ ਉਹਦੇ ਆਸਤੇ ਤੁਹਾਨੂੰ ਸਪ੍ਰਿੰਟਿੰਗ ਵੀ ਪੂਰੀ ਫਾਸਟ ਰੱਖਣੀ ਆ ਜੰਪਿੰਗ ਵੀ ਪੂਰੀ ਮੈਂਟੇਨ ਕਰਨੀ ਆ ਵੇਟ ਟ੍ਰੇਨਿੰਗ ਵੀ ਪੂਰੀ ਕਰਨੀ ਆ ਸਾਰੀਆਂ ਚੀਜ਼ਾਂ ਇਕੁਅਲ ਲੈ ਕੇ ਚੱਲਣਾ ਪੈਂਦਾ ਜੀ ਹਾਂਜੀ ਹਾਂਜੀ ਤੇ ਉਹ ਸਾਡੀਆਂ ਬਹੁਤ ਸਾਰੀਆਂ ਦੁਆਵਾਂ ਤੇ ਅਸੀਂ ਇਹੀ ਚਾਹਾਂਗੇ ਕਿ ਜਦੋਂ ਅਸੀਂ ਅਗਲੀ ਵਾਰ ਤੁਹਾਨੂੰ ਮਿਲੀਏ ਤਾਂ ਉਦੋਂ ਤੁਸੀਂ 21.77 ਤੋਂ ਅੱਗੇ ਮਾਰਿਆ ਹੋਵੇ ਤੇ ਤੁਸੀਂ ਫਿਰ ਕੋਈ ਨਵਾਂ ਰਿਕਾਰਡ ਜਿਹੜਾ ਉਹ ਸੈੱਟ ਕੀਤਾ ਹੋਵੇ ਤੇ 올림픽 2024 ਦੇ ਲਈ ਵੀ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਕਿ 2024 ਦੇ ਵਿੱਚ 올림픽 ਲਈ ਤੁਸੀਂ 골ਡ ਮੈਡਲ ਭਾਰਤ ਦੇ ਹਿੱਸੇ ਲੈ ਕੇ ਆਓ ਜੀ ਤਾਂ 에ਸਨ ਸਾਡੇ ਨਾਲ ਤੇਜਿੰਦਰਪਾਲ ਸਿੰਘ ਤੂਰ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਮੋਗਾ ਦੇ ਇੱਕ ਪਿੰਡ ਖੋਸਾ ਪਾਂਡੋ ਦਾ ਨਾਮ ਜਿਹੜਾ ਚਮਕਾਇਆ ਆਪਣੇ ਫਾਦਰ ਸਾਹਿਬ ਦਾ ਸੁਪਨਾ ਉਹਨਾਂ ਨੇ ਪੂਰਾ ਕੀਤਾ ਤੇ ਹੁਣ ਉਹ ਪੰਜਾਬੀਆਂ ਤੇ ਭਾਰਤ ਵਾਸੀਆਂ ਦਾ ਸੁਪਨਾ ਪੂਰਾ ਕਰ ਰਹੇ ਨੇ 골ਡ ਮੈਡਲ ਲੈ ਕੇ ਆਉਣ ਦਾ ਤੇ ਅੱਗੇ ਏਸ਼ੀਅਨ ਗੇਮਸ ਆਉਣੀਆਂ ਨੇ ਚਾਈਨਾ ਦੇ ਵਿੱਚ ਹੋਣੀਆਂ ਨੇ ਉਸ ਤੋਂ ਬਾਅਦ ਫਿਰ 올림픽 ਗੇਮਸ ਹੋਣੀਆਂ ਨੇ ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਉਹ ਹਰ ਸਾਲ ਇਸੇ ਤਰੀਕੇ ਮੈਡਲ ਲੈ ਕੇ ਆਉਣ ਤੇ ਭਾਰਤ ਵਾਸੀਆਂ ਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ